ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਕਵਿਤਾ ਸਿੰਘ, ਸਟੱਡੀ ਵੀਜ਼ਾ ਐਕਸਪਰਟ ਨੂੰ ਲੈ ਕੇ ਹਾਜ਼ਰ ਅਤੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਪਾਟੀਆ ਸਾਡੇ ਨਾਲ ਨੇ ਜੀ। 12 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਹੈਗਾ ਇਸ ਇੰਡਸਟਰੀ ਦੇ ਵਿੱਚ ਹੋ ਚੱਲਿਆ ਹੈਗਾ ਲੈਂਡਮਾਰਕ ਇਮੀਗ੍ਰੇਸ਼ਨ ਨੂੰ। ਸੋ ਤੁਹਾਡੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ ਜੀ, ਤੁਹਾਡੀ ਵੀ ਮਦਦ ਕਰਦੇ ਨੇ ਸਟੂਡੈਂਟ ਵੀਜ਼ਾ ਦੇ ਵਿੱਚ। ਸੋ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਡੀਲ ਕਰਦੇ ਨੇ ਜੀ, ਕਿੱਦਾਂ ਦੀਆਂ ਪ੍ਰੋਫਾਈਲ ਦੇ ਵੀਜ਼ੇ ਆਉਂਦੇ ਨੇ, ਸਾਰੀਆਂ ਗੱਲਾਂ ਡਿਸਕਸ ਕਰਨ ਦੇ ਵਾਸਤੇ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਬਿਨਾਂ ਦੇਰੀ ਦੇ ਅਪੁਆਇੰਟਮੈਂਟ ਲੈ ਕੇ ਤੁਸੀਂ ਮੁਲਾਕਾਤ ਕਰ ਸਕਦੇ ਹੋ ਸਾਡੇ ਅੱਜ ਦੇ ਐਕਸਪਰਟ ਦੇ ਨਾਲ। ਸਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਕੈਨੇਡਾ ਸਟੱਡੀ ਵੀਜ਼ਾ ਜਿਹੜਾ ਰੁਝਾਨ ਹੈ ਸਰ, ਉਹ ਕਾਫੀ ਪੁਰਾਣਾ ਚੱਲਦਾ ਹੀ ਆ ਰਿਹਾ ਅਤੇ ਨਾ ਘਟਿਆ ਅਤੇ ਨਾ ਹੀ ਘਟੇਗਾ ਆਈ ਐਮ ਸ਼ੋਰ। ਬਟ ਜਿਹੜੇ ਸਟੂਡੈਂਟਸ ਹੁਣ ਤੁਹਾਡੇ ਕੋਲ ਵਿਜ਼ਿਟ ਕਰ ਰਹੇ, ਕਿੱਦਾਂ ਦੀਆਂ ਪ੍ਰੋਫਾਈਲਸ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ? ਸੀ, ਪਹਿਲੀ ਗੱਲ ਤਾਂ ਇਹ ਸਾਰਿਆਂ ਲਈ ਖੁਸ਼ਖਬਰੀ ਹੈ ਕਿ ਜਸਟਿਨ ਟਰੂਡੋ ਦੀ ਗਵਰਨਮੈਂਟ ਵਾਪਸ ਆ ਗਈ ਕੈਨੇਡਾ ਵਿੱਚ, ਔਰ ਉਹਨਾਂ ਨੇ ਅਨਾਊਂਸ ਕੀਤਾ ਕਿ ਆਉਣ ਵਾਲੇ 3 ਸਾਲ ਵਿੱਚ 10 ਲੱਖ ਤੋਂ ਵੀ ਵੱਧ ਸਟੂਡੈਂਟ ਉਹ ਲੈਣਾ ਚਾਹੁੰਦੇ ਨੇ ਆਲ ਓਵਰ ਵਰਲਡ। ਸੋ ਇੱਕ ਖੁਸ਼ਖਬਰੀ ਬਣ ਜਾਂਦੀ ਹੈ ਸਾਰੇ ਸਟੂਡੈਂਟਸ ਵਾਸਤੇ ਜਿਹੜੇ ਕਿ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਨੇ, ਖਾਸ ਕਰਕੇ ਆਪਣੇ ਪੰਜਾਬੀ ਜਿਨ੍ਹਾਂ ਦੀ ਫੇਵਰੇਟ ਡੈਸਟੀਨੇਸ਼ਨ ਹੈਗੀ ਹੈ ਕੈਨੇਡਾ। ਸੋ ਓਵਰਆਲ 6 ਬੈਂਡ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਜਨਰਲ ਕੈਟੇਗਰੀ ਵਿੱਚ, ਔਰ 6 ਈਚ ਬੈਂਡ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਐਚ ਟੀ ਐਸ ਕੈਟੇਗਰੀ 'ਚ। ਫਰਕ ਕੋਈ ਨਹੀਂ ਹੈਗਾ, ਐਚ ਟੀ ਐਸ ਕੈਟੇਗਰੀ 'ਚ ਰਿਜ਼ਲਟ ਜਲਦੀ ਆ ਰਹੇ ਨੇ ਔਰ ਜਨਰਲ ਕੈਟੇਗਰੀ 'ਚ ਵਿਦਇਨ 30 ਡੇਜ਼ ਰਿਜ਼ਲਟ ਆ ਰਹੇ ਨੇ। ਬਟ ਵੀਜ਼ਾ ਰਿਜ਼ਲਟ ਦੋਨਾਂ ਦੇ ਅੱਛਾ ਸਕਸੈਸ ਰੇਟ ਚੱਲ ਰਿਹਾ, ਕਿਉਂਕਿ ਬਹੁਤ ਕਨਫਿਊਜ਼ਨ ਹੋ ਰਹੀ ਅੱਜ ਦੀ ਡੇਟ 'ਚ ਸਟੂਡੈਂਟਸ ਨੂੰ ਕਿ ਓਵਰਆਲ 6 ਬੈਂਡ ਦੇ ਨਾਲ ਮੈਂ ਅਪਲਾਈ ਕਰਾਂ, ਕਿਉਂਕਿ ਮੈਨੂੰ ਕਾਫੀ ਕੰਸਲਟੈਂਟਸ ਇੱਦਾਂ ਦੇ ਹੈਗੇ ਜਿਹੜੇ ਸਿਰਫ 6 ਈਚ ਨੂੰ ਹੀ ਪ੍ਰਮੋਟ ਕਰ ਰਹੇ ਨੇ, ਕਿਉਂਕਿ ਉਹਨਾਂ ਕੋਲ ਕਾਲਜਿਸ ਡਾਇਰੈਕਟ ਟਾਈ ਅਪ ਨਹੀਂ ਹੈਗੇ ਸਰਕਾਰੀ ਕਾਲਜਿਸ ਜਿਹਦੇ ਵਿੱਚ ਉਹ ਓਵਰਆਲ 6 ਬੈਂਡ ਦੇ ਨਾਲ ਅਪਲਾਈ ਕਰ ਸਕਣ। ਸੋ ਇਹੀ ਅਪਡੇਟ ਹੈਗਾ। ਬਹੁਤ ਸਾਰੇ ਵੀਜ਼ਾਸ ਲੱਗ ਕੇ ਆ ਚੁੱਕੇ ਨੇ ਜਨਵਰੀ ਇਨਟੇਕ ਲਈ, 500 ਤੋਂ ਵੱਧ ਵੀਜ਼ਾ ਲੈਂਡਮਾਰਕ ਇਮੀਗ੍ਰੇਸ਼ਨ ਦਾ ਲੱਗ ਕੇ ਆ ਚੁੱਕਿਆ ਜਨਵਰੀ ਇਨਟੇਕ ਵਿੱਚ, ਔਰ ਆਉਣ ਵਾਲੇ ਇਨਟੇਕਸ ਜਿਹੜੇ ਹੈਗੇ ਆ ਮਾਰਚ, ਅਪ੍ਰੈਲ, ਮਈ, ਸਪਟੈਂਬਰ ਇਨਟੇਕ ਹੈਗਾ, ਜਿਹਦੇ 'ਚ ਸਾਰੇ ਕਾਲਜਿਸ ਓਪਨ ਹੈਗੇ ਆ, ਸਾਰੀਆਂ ਆਪਸ਼ਨਸ ਓਪਨ ਹੈਗੀਆਂ। ਦੇਰ ਨਾ ਕਰੋ, ਜਲਦੀ ਅਪਲਾਈ ਕਰੋ ਆਉਣ ਵਾਲੇ ਇਨਟੇਕਸ ਲਈ ਕੈਨੇਡਾ ਦਾ। ਜੀ, ਅੱਛਾ, ਕੈਨੇਡਾ ਦੇ ਵਿੱਚ ਜਿੱਦਾਂ 2 ਕੈਟੇਗਰੀ ਸਾਨੂੰ ਦੱਸਦੇ ਨੇ ਵੀ, ਇੱਕ ਐਸ ਡੀ ਐਸ ਹੈਗੀ, ਇੱਕ ਨੋਨ ਐਸ ਡੀ ਐਸ। ਸਟੂਡੈਂਟਸ ਨੂੰ ਪਤਾ ਹੈ ਇਸ ਚੀਜ਼ ਦਾ, ਅਵੇਅਰ ਹੁੰਦੇ ਨੇ ਜਾਂ ਹਜੇ ਵੀ ਕਿਤੇ ਨਾ ਕਿਤੇ ਡਾਊਟਫੁੱਲ ਨੇ ਵੀ ਹਾਂਜੀ ਮੈਂ ਕਿਸ ਵਿੱਚ ਐਲੀਜੀਬਲ ਹੈਗਾ, ਕਿਹਦੇ ਵਿੱਚ ਨਹੀਂ ਹੈਗੀ ਪ੍ਰੋਫਾਈਲ? ਬਿਲਕੁਲ, ਸੀ ਸਟੂਡੈਂਟਸ ਅਵੇਅਰ ਹੈਗਾ ਅੱਜ ਦੀ ਡੇਟ 'ਚ, ਜਿਹੜੇ 6 ਈਚ ਦੇ ਨਾਲ ਹੈ ਉਹ ਐਸ ਡੀ ਐਸ ਦੇ ਅੰਡਰ ਅਪਲਾਈ ਕਰਦੇ ਆ, ਪੂਰੇ ਸਾਲ ਦੀ ਫੀਸ ਦੇ ਸਕਦੇ ਆ, ਉਹ ਐਸ ਟੀ ਐਸ ਦੇ ਅੰਦਰ ਅਪਲਾਈ ਕਰ ਸਕਦੇ ਆ। ਜੇ ਤੁਹਾਡੇ 6 ਈਚ ਆ, ਤੁਸੀਂ ਪੂਰੇ ਸਾਲ ਦੀ ਫੀਸ ਨਹੀਂ ਦੇ ਸਕਦੇ, ਤਾਂ ਤੁਸੀਂ ਵੀ ਨੋਨ ਐਸ ਟੀ ਐਸ ਜਿਹਨੂੰ ਅਸੀਂ ਜਨਰਲ ਕੈਟੇਗਰੀ ਕਹਿੰਦੇ ਹਾਂ ਉਹਦੇ 'ਚ ਅਪਲਾਈ ਕਰਦੇ ਹੋ। ਔਰ ਜੇ ਤੁਹਾਡੇ ਓਵਰਆਲ 6 ਬੈਂਡ ਆ, ਯਾਨੀ ਕਿ 1 ਮੋਡਿਊਲ 'ਚ 5.5, 2 ਮੋਡਿਊਲ 'ਚ 5.5 ਆ, ਤਾਂ ਤੁਸੀਂ ਜਨਰਲ ਕੈਟੇਗਰੀ 'ਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹੋ। ਸੋ ਇਹੀ ਮੇਜਰ ਡਿਫਰੈਂਸ ਹੈਗਾ ਦੋਨਾਂ ਕੈਟੇਗਰੀਜ਼ ਵਿੱਚ, ਔਰ ਮੇਰੇ ਹਿਸਾਬ ਨਾਲ ਸਟੂਡੈਂਟ ਬਹੁਤ ਅਵੇਅਰ ਆ। ਅੱਜ ਕੱਲ੍ਹ ਬਹੁਤ ਸਾਰੇ ਟੀ ਵੀ ਸ਼ੋਜ਼ ਡੇਲੀ ਚੱਲਦੇ ਨੇ, ਸਾਰੀ ਇਨਫੋਰਮੇਸ਼ਨ ਔਨਲਾਈਨ ਹੈਗੀ ਹੈ, ਤੁਸੀਂ ਔਨਲਾਈਨ ਸਰਚ ਕਰਕੇ ਬਿਲਕੁਲ ਚੈੱਕ ਕਰ ਸਕਦੇ ਹੋ ਕਿ ਕਿੱਦਾਂ ਦੀ ਸਰਵਿਸਿਜ਼ ਦੇ ਰਹੇ ਸਾਰੇ। ਲੋਟਸ ਆਫ ਪ੍ਰੋਫਾਈਲਸ ਜਿਹੜੀਆਂ ਸਾਡੇ ਵਿਦਿਆਰਥੀਆਂ ਦੀਆਂ ਕਿ ਹਾਂਜੀ 6 ਓਵਰਆਲ ਨੇ, ਬਟ 1 ਜਾਂ 2 ਚੋਂ 5.5 ਰਹਿ ਗਏ ਨੇ, ਅਤੇ ਹੁਣ ਜਿੱਥੇ ਤਾਂ ਉਹਨਾਂ ਨੇ ਜਨਵਰੀ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਵੀ ਹਾਂਜੀ ਸਾਨੂੰ ਆਫਰ ਲੈਟਰ ਵੀ ਨਹੀਂ ਮਿਲੀ, ਡੂ ਯੂ ਥਿੰਕ ਸੋ ਕਿ ਹਾਂਜੀ ਨੈਕਸਟ ਇਨਟੇਕ ਦੇ ਵਿੱਚ ਚਾਂਸਸ? 2 ਦਿਨ 'ਚ ਆਫਰ ਲੈਟਰ ਆ ਰਹੀ ਹੈ ਇੱਕ ਗਵਰਨਮੈਂਟ ਕਾਲਜਿਸ ਤੋਂ ਕੈਨੇਡਾ ਵਿੱਚ, ਔਰ 2 ਦਿਨ ਦੇ ਅੰਦਰ ਅੰਦਰ ਆਫਰ ਲੈਟਰ ਅਰੇਂਜ ਕਰਨ ਦਾ ਦਾਅਵਾ ਰੱਖਦਾ ਲੈਂਡਮਾਰਕ ਇਮੀਗ੍ਰੇਸ਼ਨ, ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਸਾਰੇ ਕਾਲਜਿਸ ਨਾਲ ਡਾਇਰੈਕਟ ਟਾਈ ਅਪ ਨਾਲ ਹੀ ਕੰਮ ਕਰਦਾ। ਸੋ ਜੇ ਤੁਸੀਂ ਨੀਅਰੈਸਟ ਸਾਡੇ ਆਫਿਸ ਵਿਜ਼ਿਟ ਕਰੋ, ਪ੍ਰੋਪਰ ਗਾਈਡੈਂਸ ਲਓ, ਅਸੈਸਮੈਂਟ ਕਰਾਓ, ਆਪਣੇ ਪੇਰੈਂਟਸ ਦੇ ਨਾਲ ਵਿਜ਼ਿਟ ਕਰੋ, ਆਪਣੇ ਡਾਕੂਮੈਂਟਸ ਲੈ ਕੇ ਆਓ, ਜੇ ਹੋ ਸਕਦਾ ਤਾਂ ਇੱਕ ਫੋਟੋ ਕਾਪੀ ਸੈੱਟ ਵੀ ਕਰਾ ਕੇ ਲੈ ਕੇ ਆਓ ਆਪਣੇ ਡਾਕੂਮੈਂਟਸ ਦਾ, ਤਾਂ ਕਿ ਇੱਕ ਪ੍ਰੋਪਰ ਅਸੈਸਮੈਂਟ ਕੀਤੀ ਜਾ ਸਕੇ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ, ਔਰ ਤੁਹਾਨੂੰ ਇੱਕ ਕੋਰਸ ਕਾਲਜ ਸੁਜੈਸਟ ਕੀਤਾ ਜਾ ਸਕੇ ਜਿੱਥੇ ਤੁਹਾਡਾ ਵੀਜ਼ਾ ਲੱਗ ਕੇ ਆਏਗਾ। ਜੀ, ਅੱਛਾ, ਟਾਈਮ ਟੂ ਟਾਈਮ ਦੇਖੋ ਹਰ ਗਵਰਨਮੈਂਟ ਕੁਛ ਨਾ ਕੁਛ ਬੈਨੀਫਿਟ ਜਿਹੜੇ ਲੈ ਕੇ ਆਉਂਦੀ ਹੈਗੀ ਹੈ। ਹੁਣ ਜਿੰਨਾ ਵੀ ਸਟੂਡੈਂਟਸ ਪੰਜਾਬ ਤੋਂ ਜਾਂਦਾ ਖਾਸ ਤੌਰ 'ਤੇ, ਉਹਦੀ ਕਿਤੇ ਨਾ ਕਿਤੇ ਇਹ ਚੋਇਸ ਰਹੀ ਹੈ, ਖੁਆਇਸ਼ ਰਹੀ ਹੈ ਵੀ ਮੈਨੂੰ ਉੱਥੇ ਜਾ ਕੇ ਇੱਕ ਤਾਂ ਵਰਕ ਪਰਮਿਟ ਚਾਹੀਦਾ, ਅਤੇ ਦੂਜੀ ਗੱਲ ਸਭ ਤੋਂ ਵੱਡੀ ਜਿਹੜੀ ਮੇਨ ਹੈ ਉਹ ਪਰਮਾਨੈਂਟ ਰੈਜ਼ੀਡੈਂਸੀ ਚਾਹੁੰਦਾ ਹੈਗਾ। ਅਤੇ ਹੁਣ ਕੈਨੇਡਾ ਦੀ ਗਵਰਨਮੈਂਟ ਜਿਹੜੀ ਹੈਗੀ ਹੈ, ਗਵਰਨਮੈਂਟ ਹੈਗੀ ਹੈ, ਕੀ ਇੱਦਾਂ ਦੇ ਕੁਛ ਉਹਨਾਂ ਨੇ ਪ੍ਰੋਗਰਾਮਸ ਲਾਂਚ ਕੀਤੇ ਨੇ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਵੀ ਫਾਇਦਾ ਹੋਏ, ਕਿਉਂਕਿ ਜਾ ਤਾਂ ਅਸੀਂ ਰਹੇ ਹਾਂ ਕੈਨੇਡਾ? ਬਿਲਕੁਲ, ਲਾਂਚ ਕੀਤੇ ਨੇ, ਕਿਉਂਕਿ ਜਿਵੇਂ ਰੀਸੈਂਟਲੀ ਦੇਖਿਆ ਗਿਆ ਸੀ ਕਿ ਜੁਲਾਈ ਵਿੱਚ ਇੱਕ ਪ੍ਰੋਗਰਾਮ ਲਾਂਚ ਹੋਇਆ, ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ। ਸੋ ਇਸ ਲਈ ਲਾਂਚ ਕੀਤਾ ਗਿਆ ਕਿ ਜਿਹਦੇ ਵਿੱਚ 11 ਸ਼ਹਿਰ ਇੱਦਾਂ ਦੇ ਲਿਆਏ ਗਏ ਜਿਹੜੇ ਕਿ ਕੈਨੇਡੀਅਨ ਗਵਰਨਮੈਂਟ ਪ੍ਰਮੋਟ ਕਰਨਾ ਚਾਹੁੰਦੀ ਆ, ਔਰ ਉਹਨਾਂ ਵਿੱਚ ਜਿਹੜਾ ਸਟੂਡੈਂਟ ਪਾਸ ਆਊਟ ਹੋਏਗਾ ਤਾਂ ਉਹਨੂੰ ਪੀ ਆਰ ਲੈਣ 'ਚ ਬਹੁਤ ਜ਼ਿਆਦਾ ਆਸਾਨੀ ਰਹੇਗੀ। ਜੇ ਉਹਨਾਂ 11 ਸ਼ਹਿਰ ਦੇ ਮੈਂ ਨਾਮ ਲਵਾਂ ਤਾਂ 5 ਸ਼ਹਿਰ ਓਨਟਾਰੀਓ ਵਿੱਚ ਹੈ, ਨੌਰਥ ਬੇ, ਸਡਬਰੀ, ਟਿਮਿਨਸ, ਸੂ ਸੇਂਟ ਮੈਰੀ, ਥੰਡਰ ਬੇ। ਸੋ 2 ਸ਼ਹਿਰ ਮੈਨੀਟੋਬਾ 'ਚ ਹੈਗੇ ਆ, ਬ੍ਰੈਂਡਨ ਐਂਡ ਅਲਟੋਨਾ, ਸ਼ਹਿਰ ਸਸਕੈਚਵਨ 'ਚ ਹੈਗਾ, ਮੂਸ ਜੋ, ਚਾਸਟ੍ਰੋਮ ਅਲਬਰਟਾ 'ਚ ਹੈਗਾ, ਔਰ ਵਰਨੋਨ ਔਰ ਵੈਸਕੂਟ ਨੇ ਬ੍ਰਿਟਿਸ਼ ਕੋਲੰਬੀਆ 'ਚ ਹੈਗਾ। ਸੋ ਜੇ ਇਹਨਾਂ ਸ਼ਹਿਰਾਂ ਦੀ ਮੈਂ ਹੋਰ ਡਿਟੇਲ 'ਚ ਗੱਲ ਕਰਾਂ,
ਤਿਮਿੰਸ ਨਾਰਦਰਨ ਕਾਲਜ 'ਚ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਅਸੀਂ ਸੂ ਸੇਂਟ ਮੈਰੀ ਦੀ ਗੱਲ ਕਰੀਏ, ਅਲਗੋਮਾ ਯੂਨੀਵਰਸਿਟੀ ਜਿਹੜੀ ਕਿ ਸਰਕਾਰੀ ਯੂਨੀਵਰਸਿਟੀ ਹੈ, ਔਰ ਸੂ ਕਾਲਜ ਜਿਹੜਾ ਕਿ ਸਰਕਾਰੀ ਕਾਲਜ ਹੈ, ਇਹਦੇ 'ਚ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਇਹਨਾਂ ਕਾਲਜ ਦੇ ਮੈਂ ਨਾਂ ਤਾਂ ਲੈ ਰਿਹਾ ਜਿਹਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟਲੀ ਡੀਲ ਕਰਦਾ, ਤੁਹਾਨੂੰ ਕਿਸੇ ਦੇ ਥਰੂ ਜਾਣ ਦੀ ਜ਼ਰੂਰਤ ਨਹੀਂ ਹੈਗੀ, ਡਾਇਰੈਕਟਲੀ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਅਪਲਾਈ ਕਰ ਸਕਦੇ ਹੋ। ਬ੍ਰੈਂਡਨ ਦੀ ਜੀ ਗੱਲ ਕਰਾਂ, ਮੈਨੀਟੋਬਾ ਵਿੱਚ ਬ੍ਰੈਂਡਨ ਯੂਨੀਵਰਸਿਟੀ ਹੈਗੀ ਹੈ ਐਂਡ ਸਿੰਗਲ ਕੰਸਲਟੈਂਟ ਇਨ ਇੰਡੀਆ ਇਸ ਲੈਂਡਮਾਰਕ ਇਮੀਗ੍ਰੇਸ਼ਨ, ਤੁਸੀਂ ਸਾਡੇ ਥਰੂ ਅਪਲਾਈ ਕਰ ਸਕਦੇ ਹੋ। ਔਰ ਬ੍ਰੈਂਡਨ 'ਚ ਪੜ੍ਹਨ ਤੋਂ ਬਾਅਦ ਤੁਹਾਨੂੰ PR 'ਚ ਜ਼ਰੂਰ ਹੈਲਪ ਹੋਏਗੀ। ਮੂਸ ਜੋ ਦੀ ਗੱਲ ਕਰਾਂ ਤਾਂ ਮੂਸ ਜੋ ਸਸਕੈਚੂਅਨ ਵਿੱਚ, ਸਸਕੈਚੂਅਨ ਪੋਲੀਟੈਕਨਿਕ 'ਚ ਤੁਸੀਂ ਅਪਲਾਈ ਕਰ ਸਕਦੇ ਹੋ। ਚਾਰਸ਼ਰਮ ਅਲਬਰਟਾ ਵਿੱਚ, ਅੱਜ ਦੇ ਵਿੱਚ ਕੋਈ ਇੰਸਟੀਚਿਊਟ ਨਹੀਂ ਹੈਗਾ, ਬਟ ਜਲਦੀ ਲੈਂਡਮਾਰਕ ਇਮੀਗ੍ਰੇਸ਼ਨ ਦੀ ਕੋਸ਼ਿਸ਼ ਹੈਗੀ ਹੈ ਕਿ ਉੱਥੇ ਵੀ ਕੋਈ ਨਾ ਕੋਈ ਇੰਸਟੀਚਿਊਟ ਨਾਲ ਟਾਈ ਅਪ ਕੀਤਾ ਜਾਏ ਤਾਂ ਕਿ ਸਟੂਡੈਂਟਸ ਨੂੰ PR ਲੈਣ 'ਚ ਕੋਈ ਔਖ ਦਾ ਸਾਹਮਣਾ ਨਾ ਕਰਨਾ ਪਏ। ਸੋ ਜੇ ਅਸੀਂ ਗੱਲ ਕਰਦੇ ਹਾਂ ਤਾਂ ਇਹਨਾਂ ਸਾਰੇ ਇੰਸਟੀਚਿਊਟ 'ਚ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟਲੀ ਡੀਲ ਕਰਦਾ, ਬਹੁਤ ਸਾਰੀਆਂ ਸੀਟਾਂ ਖੁੱਲੀਆਂ ਹੋਈਆਂ, ਤੁਸੀਂ ਜਲਦੀ ਤੋਂ ਜਲਦੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਔਰ NIPP ਦੇ ਅੰਡਰ ਜਿਹੜੇ ਸ਼ਹਿਰ ਆ ਰਹੇ ਹੈ ਉਹਨਾਂ ਵਿੱਚ ਆਪਣੀ ਆਫਰ ਲੈਟਰ ਅਪਲਾਈ ਕਰ ਸਕਦੇ ਹੋ। ਜੀ, ਸੋ ਸਰ, NIPP ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਕਿੱਦਾਂ ਦੇ, ਇਹਦੇ ਵਿੱਚ ਬੱਚਿਆਂ ਨੂੰ ਕੋਰਸਿਸ ਮਿਲਣਗੇ, ਪ੍ਰੋਗਰਾਮਸ ਮਿਲਣਗੇ, ਫੀਸ ਸਟਰਕਚਰ ਜਿਹੜਾ ਹੈਗਾ ਕਿ ਉਹ ਬਜਟ ਦੇ ਵਿੱਚ ਆ ਜਾਂਦਾ? ਬਿਲਕੁਲ, ਦੇਖੋ ਜੇ ਸੂ ਕਾਲਜ ਦੀ ਗੱਲ ਕਰੀਏ ਤਾਂ ਅੱਜ ਦੇ ਵਿੱਚ ਓਵਰਆਲ 6 ਬੈਂਡ, 2 ਮੋਡਿਊਲ 'ਚ 5.5 ਬੈਂਡ ਨਾਲ ਸੂ ਕਾਲਜ ਐਕਸੈਪਟ ਕਰ ਰਿਹਾ ਸਟੂਡੈਂਟ। ਸੋ ਇੱਕ ਸਰਕਾਰੀ ਕਾਲਜ ਜਿਹੜਾ 60 ਸਾਲ ਪੁਰਾਣਾ, 2 ਮੋਡਿਊਲ 'ਚ 5.5 ਬੈਂਡ ਵੀ ਐਕਸੈਪਟ ਕਰ ਰਿਹਾ। ਪ੍ਰੋਜੈਕਟ ਮੈਨੇਜਮੈਂਟ, ਸਪਲਾਈ ਚੇਨ ਮੈਨੇਜਮੈਂਟ, ਆਉਣ ਵਾਲੇ ਮਈ ਇਨਟੇਕ 'ਚ ਗਲੋਬਲ ਬਿਜ਼ਨਸ ਮੈਨੇਜਮੈਂਟ ਓਪਨ ਹੈਗਾ, ਹਾਲੇ ਤੁਸੀਂ ਜਲਦੀ ਅਪਲਾਈ ਕਰ ਸਕਦੇ। ਫਿਰ ਅਲਗੋਮਾ ਯੂਨੀਵਰਸਿਟੀ ਆ ਜਾਂਦੀ ਹੈ, ਉਹ ਵੀ 2 ਮੋਡਿਊਲ 'ਚ 5.5 ਬੈਂਡ ਐਕਸੈਪਟ ਕਰ ਰਹੇ ਨੇ। ਬੈਚਲਰਸ ਦੇ ਕੋਰਸਿਸ ਹੈਗੇ ਬਹੁਤ ਹੀ ਅੱਛੇ, 3-3 ਸਾਲ ਦੀਆਂ ਬੈਚਲਰਸ ਹੈਗੀਆਂ ਜੇ ਤੁਸੀਂ ਅਪਲਾਈ ਕਰ ਸਕਦੇ ਹੋ। ਸਕਾਲਰਸ਼ਿਪ ਅਵੇਲੇਬਲ ਹੈਗੀ ਹੈ। ਸੋ 2 ਮੋਡਿਊਲ 5.5 ਬੈਂਡ ਨਾਲ ਤੁਹਾਨੂੰ ਫਾਊਂਡੇਸ਼ਨ ਕੋਰਸ ਲੱਗਦਾ, ਔਰ ਜੇ 6 ਈਚ ਹੈਗੀਆਂ ਤੁਸੀਂ ਡਾਇਰੈਕਟ ਐਂਟਰੀ ਕਰਨ ਚਾਹੁੰਦੇ ਹੋ। ਸੋ ਜਿਹੜੀਆਂ 3 ਸਾਲ ਦੀਆਂ ਬੈਚਲਰ ਡਿਗਰੀਜ਼ ਹੈਗੀਆਂ, ਬੈਚਲਰ ਇਨ ਇਕਨੋਮਿਕਸ, ਬੈਚਲਰ ਇਨ ਸੋਸ਼ੋਲੋਜੀ, ਬੈਚਲਰ ਇਨ ਕੰਪਿਊਟਰ ਇਨਫੋਰਮੇਸ਼ਨ ਸਿਸਟਮ, ਬੈਚਲਰ ਇਨ ਕਮਿਊਨਿਟੀ ਡਿਵੈਲਪਮੈਂਟ, ਬੈਚਲਰ ਇਨ ਬਿਜ਼ਨਸ, ਜਿਹੜੀਆਂ 3-3 ਸਾਲ ਦੀਆਂ ਬੈਚਲਰਸ ਹੈਗੀਆਂ ਤੁਸੀਂ ਕਰਨ ਜਾ ਸਕਦੇ ਹੋ। ਓਨਲੀ ਯੂਨੀਵਰਸਿਟੀ ਇਨ ਕੈਨੇਡਾ ਜਿਹੜੀ 3 ਸਾਲ ਦੀ ਬੈਚਲਰ ਤੁਹਾਨੂੰ ਆਪਸ਼ਨ ਦੇ ਰਹੀ ਹੈ ਔਰ ਸਕਾਲਰਸ਼ਿਪ ਵੀ ਦੇ ਰਹੀ ਹੈ। ਸੋ ਇਹਦੇ ਵਿੱਚ ਤੁਸੀਂ ਅਪਲਾਈ ਕਰਕੇ ਜ਼ਰੂਰ ਆਪਣਾ ਸੁਨਹਿਰਾ ਭਵਿੱਖ ਬਣਾ ਸਕਦੇ ਹੋ, ਕਿਉਂਕਿ ਫੀਸ ਵੀ ਬਹੁਤ ਅਫੋਰਡੇਬਲ ਹੈ। ਨੋਰਮਲੀ ਯੂਨੀਵਰਸਿਟੀਜ਼ ਦੀ ਫੀਸ $25,000-$30,000 ਹੁੰਦੀ ਹੈ, ਪਰ ਅਲਗੋਮਾ ਯੂਨੀਵਰਸਿਟੀ ਦੀ ਫੀਸ $17,000 ਤੋਂ ਸਟਾਰਟ ਹੁੰਦੀ ਹੈ। ਫਿਰ ਅਸੀਂ ਗੱਲ ਕੀਤੀ ਲੋਰੈਂਸ਼ੀਅਨ ਯੂਨੀਵਰਸਿਟੀ ਦੀ, ਜਿਹੜੀ ਕਿ $10,000 ਦੀ ਸਕਾਲਰਸ਼ਿਪ ਦੇ ਰਹੀ ਹੈ ਹਰ ਸਾਲਾਨਾ। ਜਿਹੜੇ ਸਟੂਡੈਂਟਸ ਦੇ 70% ਉੱਤੇ ਨੰਬਰ ਹੈਗੇ ਆ ਉਹਨਾਂ ਨੂੰ $10,000 ਦੀ ਸਕਾਲਰਸ਼ਿਪ, ਔਰ ਜਿਹੜੇ ਸਟੂਡੈਂਟਸ ਦੇ 85% ਤੋਂ ਨੰਬਰ ਉੱਤੇ ਹੈਗੇ ਆ ਉਹਨਾਂ ਨੂੰ $15,000 ਦੀ ਸਕਾਲਰਸ਼ਿਪ, ਜਿਹੜੀ ਕਿ ਸਡਬਰੀ ਸ਼ਹਿਰ 'ਚ ਆ ਜਾਂਦੀ ਹੈ, ਜਿਹੜਾ ਕਿ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਅੰਦਰ ਆਉਂਦਾ ਸਡਬਰੀ ਸ਼ਹਿਰ। ਉੱਥੇ ਇੱਕ ਹੋਰ ਕਾਲਜ ਹੈਗਾ ਕੈਂਬਰੀਅਨ ਕਾਲਜ, ਜਿਹੜਾ ਕਿ ਮਈ ਇਨਟੇਕ ਲਈ ਓਪਨ ਹੈਗਾ। ਉਹਨਾਂ ਨੇ ਕੱਲ੍ਹ ਹੀ ਸਾਰੇ ਪ੍ਰੋਗਰਾਮ ਓਪਨ ਕਰਤੇ ਹੈ, ਬਿਜ਼ਨਸ, ਅਰਲੀ ਚਾਈਲਡਹੁੱਡ, ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ, ਸਾਰੇ ਪ੍ਰੋਗਰਾਮ ਓਪਨ ਹੋ ਗਏ ਹੈ ਮਈ ਇਨਟੇਕ ਲਈ। ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਹੋ ਕੈਂਬਰੀਅਨ ਕਾਲਜ ਵਿੱਚ ਤੁਸੀਂ, ਜਿਹੜਾ ਕਿ ਸਡਬਰੀ ਸ਼ਹਿਰ 'ਚ ਆ ਜਾਂਦਾ, ਔਰ ਸਡਬਰੀ ਸ਼ਹਿਰ ਵੀ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਅੰਡਰ ਆਉਂਦਾ। ਸੋ ਬ੍ਰੈਂਡਨ ਯੂਨੀਵਰਸਿਟੀ ਦਾ ਸਪਤੰਬਰ ਇਨਟੇਕ ਹੈਗਾ ਔਰ ਸਾਰੇ ਪ੍ਰੋਗਰਾਮ ਓਪਨ ਹੈਗੇ। ਬ੍ਰੈਂਡਨ ਯੂਨੀਵਰਸਿਟੀ ਦੇ ਸਸਕੈਚੂਅਨ ਪੋਲੀਟੈਕਨਿਕ ਦਾ ਵੀ ਸਪਤੰਬਰ ਇਨਟੇਕ ਔਰ ਮੇ ਇਨਟੇਕ ਹੈਗਾ, ਕੁਛ ਹੀ ਪ੍ਰੋਗਰਾਮ ਅਵੇਲੇਬਲ ਹੈਗੇ ਹੈ। ਜਲਦੀ ਤੋਂ ਜਲਦੀ ਉਹਦੀ ਅਸੈਸਮੈਂਟ ਲਈ ਤੁਸੀਂ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰੋ। ਔਰ ਜੇ ਤੁਸੀਂ NIPP ਦੇ ਅੰਡਰ ਜਾਣਾ ਚਾਹੁੰਦੇ ਹੋ, ਕਿਉਂਕਿ ਪਾਰਟ ਟਾਈਮ ਵਰਕ ਓਪਰਚੁਨਿਟੀਜ਼ ਵੀ ਹੋਣਗੀਆਂ ਇਹਨਾਂ ਸ਼ਹਿਰਾਂ 'ਚ, ਔਰ ਫਿਊਚਰ ਵਿੱਚ ਤੁਹਾਨੂੰ PR ਵਿੱਚ ਵੀ ਸੌਖ ਰਹੇਗੀ, ਸੋ ਤੁਸੀਂ ਜਲਦੀ ਤੋਂ ਜਲਦੀ ਨੀਅਰੈਸਟ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਜੀ। ਤੇ ਸੈਮੀਨਾਰਸ ਵੀ ਹੋਣ ਜਾ ਰਹੇ ਨੇ ਜੀ ਬਹੁਤ ਜਲਦ ਲੈਂਡਮਾਰਕ ਇਮੀਗ੍ਰੇਸ਼ਨ ਦੇ, ਤੇ ਇਹਨਾਂ ਸੈਮੀਨਾਰਸ ਦੇ ਵਿੱਚ ਵੀ ਜੀ ਤੁਸੀਂ ਜ਼ਰੂਰ ਪਹੁੰਚਣਾ ਹੈਗਾ ਆਪਣੇ ਡਾਕੂਮੈਂਟਸ ਲੈ ਕੇ, ਅਤੇ ਜਿੰਨੀ ਜਲਦੀ ਯਾਨੀ ਕਿ ਅਸੀਂ ਅਪਲਾਈ ਕਰਦੇ ਹਾਂ ਜੀ ਉਹਨਾਂ ਹੀ ਸਾਨੂੰ ਬੈਨੀਫਿਟ ਮਿਲਦਾ ਹੈਗਾ, ਯਾਨੀ ਕਿ ਫਿਰ ਇਨਟੇਕ ਜਿਹੜਾ ਹੈਗਾ ਨਾ ਉਹਦੇ ਵਿੱਚ ਸਾਨੂੰ ਐਡਮਿਸ਼ਨ ਮਿਲ ਜਾਂਦੀ, ਸਾਨੂੰ ਸੀਟ ਮਿਲ ਜਾਂਦੀ ਹੈਗੀ ਆ। ਅੱਛਾ, ਸਟੂਡੈਂਟਸ ਨਾ ਕਈ ਬੜੇ ਸਪੈਸੀਫਿਕ ਹੁੰਦੇ ਨੇ, ਬੜੇ ਥੋੜ੍ਹੇ ਜਿਹੇ ਕਿ ਵੀ ਮੈਂ ਇੱਕੋ ਹੀ ਜਗ੍ਹਾ 'ਤੇ ਜਾਣਾ ਜੀ, ਮੇਰੀ ਪ੍ਰੈਫਰੈਂਸ ਹੀ ਇਹ, ਮੈਂ ਇਸੇ ਕਾਲਜ ਦੇ ਵਿੱਚ ਜਾਂ ਇਸੇ ਯੂਨੀਵਰਸਿਟੀ ਦੇ ਵਿੱਚ ਜਾਣਾ ਚਾਹੁੰਦਾ ਹੈਗਾ, ਉਹ ਕਿਤੇ ਨਾ ਕਿਤੇ ਸਟੂਡੈਂਟਸ ਦੇ ਵਾਸਤੇ ਦਿੱਕਤ ਕ੍ਰੀਏਟ ਕਰ ਸਕਦੇ। ਬਿਲਕੁਲ, ਅੱਜ ਦੀ ਡੇਟ 'ਚ ਜੇ ਗੱਲ ਕਰੀਏ ਤਾਂ ਜੇ ਤੁਸੀਂ ਟੋਰਾਂਟੋ ਜਾਣਾ ਚਾਹੁੰਦੇ ਹੋ, ਵੈਂਕੂਵਰ ਜਾਣਾ ਚਾਹੁੰਦੇ ਹੋ, ਆਪਸ਼ਨਸ ਆਰ ਅਵੇਲੇਬਲ। ਬਟ ਜੇ ਤੁਸੀਂ ਕਹੋ ਕਿ ਮੇਰੀ ਪ੍ਰੋਫਾਈਲ ਐਲੀਜੀਬਿਲਟੀ ਨਹੀਂ ਬਣਦੀ ਟੋਰਾਂਟੋ ਵੈਂਕੂਵਰ ਵਾਸਤੇ, ਫਿਰ ਸਾਨੂੰ ਹੋਰ ਕੋਈ ਜਗ੍ਹਾ ਚੂਜ਼ ਕਰ ਲੈਣੀ ਚਾਹੀਦੀ ਹੈ, ਕਿਉਂਕਿ ਜੇ ਸਾਡੀ ਪ੍ਰੋਫਾਈਲ ਐਲੀਜੀਬਲ ਨਹੀਂ ਹੈਗੀ ਤਾਂ ਸਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਏਗਾ। ਸੋ ਅਸੀਂ ਗਾਈਡ ਨਹੀਂ ਕਰਾਂਗੇ ਜੇ ਤੁਸੀਂ ਐਲੀਜੀਬਿਲਟੀ ਤੁਹਾਡੀ ਨਹੀਂ ਬਣਦੀ ਟੋਰਾਂਟੋ ਵੈਂਕੂਵਰ ਵਾਸਤੇ। ਤੁਸੀਂ ਹੋਰ ਬਹੁਤ ਸਾਰੇ ਸ਼ਹਿਰ ਹੈਗੇ ਆ ਜਿੱਥੇ ਜਾ ਕੇ ਤੁਸੀਂ ਆਪਣਾ ਸੈਟਲ ਹੋ ਸਕਦੇ ਹੋ, ਪਾਰਟ ਟਾਈਮ ਵਰਕ ਕਰ ਸਕਦੇ ਹੋ, PR ਲੈ ਸਕਦੇ ਹੋ। ਔਰ ਨੋਰਮਲੀ ਅਸੀਂ ਇਹ ਦੇਖਿਆ ਕਿ ਜਿਹੜੇ ਸਟੂਡੈਂਟ ਛੋਟੇ ਸ਼ਹਿਰ 'ਚ ਜਾਂਦੇ ਆ ਉਹ ਜਲਦੀ ਸੈਟਲ ਹੁੰਦੇ ਆ, ਨਾ ਕਿ ਜਿਹੜੇ ਸਟੂਡੈਂਟਸ ਵੱਡੇ ਸ਼ਹਿਰਾਂ 'ਚ ਜਾਣਾ ਪਸੰਦ ਕਰਦੇ ਜੀ। ਅੱਛਾ,
देयर आर सम स्टूडेंट्स, क्योंकि जिद्दां फेसबुक दे उत्ते असीं वी देखदे रहिंदे आ, बड़ी वधिया प्रोफाइल, बड़े चंगे बैंड आए ने, बड़ी चंगी परसेंटेज, बट उहदा वीज़ा नहीं आया। की लगदा रीज़न की हो सकदा है? ਸੀ ਰੀਜ਼ਨ ਹੋ ਸਕਦਾ ਉਹਦੀ ਫਾਈਲਿੰਗ 'ਚ ਪ੍ਰੋਬਲਮ ਹੋ ਗਈ ਹੋਵੇ, ਜੇ ਕੰਸਲਟੈਂਟ ਨੇ ਉਹਨੇ ਚੂਜ਼ ਕੀਤਾ ਹੋਏ, ਉਹਨੇ ਸਹੀ ਕੋਰਸ ਨਹੀਂ ਗਾਈਡ ਕੀਤਾ ਹੋਏ, ਜਾਂ ਫਿਰ ਜਾਂ ਉਹਨੂੰ ਜਦੋਂ ਤੁਸੀਂ ਅਪਲਾਈ ਕਰਦੇ ਹੋ ਤਾਂ ਉਸ ਕਾਲਜ 'ਚ ਐਲੀਜੀਬਿਲਟੀ ਨਾ ਬਣਦੀ ਹੋਵੇ। ਅਸੀਂ ਅਪਲਾਈ ਕਰਤਾ ਕਿਉਂਕਿ ਸਾਡੀ ਪ੍ਰੈਫਰੈਂਸ ਉਹੀ ਸੀ, ਰਾਈਟ। ਸੋ ਤੁਸੀਂ ਦੇਖੋ ਧਿਆਨ ਨਾਲ ਕਿ ਜਿਹੜੇ ਵੀ ਕੰਸਲਟੈਂਟ ਤੁਸੀਂ ਅਪਲਾਈ ਕਰ ਰਹੇ ਹੋ ਉਹਨੂੰ ਕਿੰਨਾ ਐਕਸਪੀਰੀਅੰਸ ਹੈਗਾ, ਕਿੰਨੇ ਵੀਜ਼ੇ ਉਹ ਲਗਵਾ ਕੇ ਚੁੱਕਿਆ ਹੁਣ ਤੱਕ, ਕਿਹੜੇ ਕਿਹੜੇ ਕਾਲਜਿਸ ਨਾਲ ਉਹ ਡਾਇਰੈਕਟ ਡੀਲ ਕਰ ਰਿਹਾ ਔਰ ਕਿਹੜੇ ਕਾਲਜਿਸ ਨਾਲ ਉਹ ਨਹੀਂ ਡੀਲ ਕਰ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਤਾਂ ਕਿ ਸਾਨੂੰ ਰਿਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਵੇ। ਜੀ ਬਿਲਕੁਲ। ਸੋ ਫਿਲਹਾਲ ਜੀ ਸਾਡੇ ਵਿਦਿਆਰਥੀਆਂ ਦੇ ਵਾਸਤੇ ਇਹ ਬੜਾ ਸੁਨਹਿਰੀ ਮੌਕਾ ਰਹਿੰਦਾ ਹੈਗਾ ਕਿ ਹਾਂਜੀ ਅਸੀਂ ਅਪਲਾਈ ਕਰੀਏ ਤਾਂ ਸਾਨੂੰ ਵੀਜ਼ਾ ਮਿਲ ਜਾਏ। ਸੋ ਬੜੀਆਂ ਗੱਲਾਂ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਵੀ ਰੱਖਣੀਆਂ ਪੈਂਦੀਆਂ, ਜਿੱਥੇ ਕਿ ਬੱਚਿਆਂ ਦੀ ਡਿਊਟੀ ਬਣਦੀ ਹੈ ਜੀ, ਉੱਥੇ ਹੀ ਸਾਡੇ ਪੇਰੈਂਟਸ ਦਾ ਵੀ ਕੁਛ ਫਰਜ਼ ਬਣਦੇ ਹੈਗੇ ਨੇ, ਅਤੇ ਤੁਸੀਂ ਵੀ ਬੜਾ ਧਿਆਨ ਦੇ ਨਾਲ ਜੀ ਬੱਚਿਆਂ ਦੀ ਮਦਦ ਦੇ ਵਾਸਤੇ ਕਿ ਹਾਂਜੀ ਖੁਦ ਵੀ ਉਹਨਾਂ ਦੇ ਨਾਲ ਜਾਇਆ ਕਰੋ, ਟਰੈਵਲ ਕਰਿਆ ਕਰੋ, ਜਿਹੜੇ ਵੀ ਕੰਸਲਟੈਂਟ ਦੇ ਕੋਲ ਜਾਣਾ ਤੁਸੀਂ ਖੁਦ ਵੀ ਨਾਲ ਵਿਜ਼ਿਟ ਕਰਿਆ ਕਰੋ। ਸੋ ਨੰਬਰ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ, ਅਤੇ ਬੱਚਿਆਂ ਦੇ ਨਾਲ ਵੀ ਮੁਲਾਕਾਤ ਜਿਹੜੀ ਹੈਗੀ ਜੀ ਅਸੀਂ ਜ਼ਰੂਰ ਕਰਾਂਗੇ। ਸੋ ਜਿੱਥੇ ਤੱਕ ਸਰ ਨਾਰਦਰਨ ਪਾਇਲਟ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ, ਇੱਕ ਹੋਰ ਅਸੀਂ ਪ੍ਰੋਗਰਾਮ ਸੁਣਦੇ ਹਾਂ ਐਟਲਾਂਟਿਕ ਦੇ ਵਿੱਚ ਵੀ, ਉਹ ਕੀ ਚੀਜ਼ ਹੈ ਅਤੇ ਕਿੰਨਾ ਦੇ ਵਾਸਤੇ? AIPP ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਜਿਹਨੂੰ ਅਸੀਂ ਕਹਿੰਦੇ ਹਾਂ ਨਿਊ ਬ੍ਰੁਨਸਵਿਕ, ਨਿਊ ਫਾਊਂਡ ਲੈਬਰਾਡੋਰ, ਪ੍ਰਿੰਸ ਐਡਵਰਡ ਆਈਲੈਂਡ ਔਰ ਨੋਵਾ ਸਕੋਸ਼ੀਆ, ਜਿਹੜੇ ਚਾਰ ਪ੍ਰੋਵਿੰਸ ਹੈਗੇ ਆ ਠੀਕ ਹੈ ਇਹਦੇ ਅੰਡਰ ਆ ਜਾਂਦੇ ਆ। ਸੋ ਨਿਊ ਬ੍ਰੁਨਸਵਿਕ ਦੀ ਗੱਲ ਅਸੀਂ ਕਰੀਏ ਤਾਂ ਨਿਊ ਬ੍ਰੁਨਸਵਿਕ 'ਚ ਨਿਊ ਬ੍ਰੁਨਸਵਿਕ ਕਮਿਊਨਿਟੀ ਕਾਲਜ ਹੈਗਾ, ਯੂਨੀਵਰਸਿਟੀ ਆਫ ਨਿਊ ਬ੍ਰੁਨਸਵਿਕ ਹੈਗੀ, ਨਿਊ ਫਾਊਂਡਲੈਂਡ ਲੈਬਰਾਡੋਰ 'ਚ ਮੈਮੋਰੀਅਲ ਯੂਨੀਵਰਸਿਟੀ ਹੈਗੀ ਜਿਹਦੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟ ਡੀਲ ਕਰਦਾ, ਪ੍ਰਿੰਸ ਐਡਵਰਡ ਆਈਲੈਂਡ 'ਚ ਹਾਲੈਂਡ ਕਾਲਜ ਹੈਗਾ ਔਰ ਨੋਵਾ ਸਕੋਸ਼ੀਆ ਵਿੱਚ ਕੇਪ ਬ੍ਰਿਟਨ ਯੂਨੀਵਰਸਿਟੀ ਔਰ ਸੇਂਟ ਫਰਾਂਸਿਸ ਯੂਨੀਵਰਸਿਟੀ ਹੈਗੀ ਹੈ। ਸੋ ਇਹਨਾਂ ਚਾਰਾਂ ਪ੍ਰੋਵਿੰਸਿਸ ਜਿਹਨੂੰ ਕਹਿੰਦੇ ਹਾਂ ਅਸੀਂ AIPP ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਅੰਡਰ ਇਹ ਚਾਰ ਪ੍ਰੋਵਿੰਸ ਆਉਂਦੇ ਆ, ਔਰ ਜਿਹੜੇ ਮੈਂ ਕਾਲਜ ਯੂਨੀਵਰਸਿਟੀ ਦਾ ਨਾਮ ਲਿਆ ਉਹਨਾਂ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟ ਡੀਲ ਕਰਦਾ। ਨਿਊ ਬ੍ਰੁਨਸਵਿਕ ਕਮਿਊਨਿਟੀ ਕਾਲਜ ਬਹੁਤ ਹੀ ਅਫੋਰਡੇਬਲ ਕਾਲਜ ਹੈਗਾ, ਜਿਹਦੀ ਫੀਸ ਸਿਰਫ $9,000 ਤੋਂ ਸ਼ੁਰੂ ਹੋ ਜਾਂਦੀ ਹੈ, ਔਰ ਯੂਨੀਵਰਸਿਟੀ ਆਫ ਨਿਊ ਬ੍ਰੁਨਸਵਿਕ 1785 ਦੀ ਇਸਟੈਬਲਿਸ਼ ਯੂਨੀਵਰਸਿਟੀ ਹੈਗੀ ਹੈ। ਤੁਸੀਂ ਲਾ ਸਕਦੇ ਹੋ ਕਿ 250 ਸਾਲ ਪੁਰਾਣੀ ਯੂਨੀਵਰਸਿਟੀ ਹੈ, ਫਸਟ ਇੰਗਲਿਸ਼ ਸਪੀਕਿੰਗ ਲੈਂਗੁਏਜ ਯੂਨੀਵਰਸਿਟੀ ਇਨ ਕੈਨੇਡਾ, ਫਸਟ ਯੂਨੀਵਰਸਿਟੀ ਟੂ ਸਟਾਰਟ ਇੰਜੀਨੀਅਰਿੰਗ ਪ੍ਰੋਗਰਾਮਸ ਇਨ ਕੈਨੇਡਾ, ਔਰ ਬਹੁਤ ਹੀ ਅੱਛੀ ਯੂਨੀਵਰਸਿਟੀ ਹੈ ਜੇ ਤੁਸੀਂ ਉੱਥੇ ਪੜ੍ਹਨਾ ਚਾਹੁੰਦੇ ਹੋ। ਸੋ ਮੈਮੋਰੀਅਲ ਯੂਨੀਵਰਸਿਟੀ ਨਿਊ ਫਾਊਂਡਲੈਂਡ 'ਚ ਯੂਨੀਵਰਸਿਟੀ ਹੈਗੀ ਹੈ, ਮੈਮੋਰੀਅਲ ਯੂਨੀਵਰਸਿਟੀ। ਸੋ ਮੈਮੋਰੀਅਲ ਯੂਨੀਵਰਸਿਟੀ ਦੀ ਜਿਹੜੀ ਫੀਸ ਹੈਗੀ ਹੈ ਉਹ $11,460 ਹੈ, ਜਿਹੜੀ ਕਿ ਮੈਂ ਕਹਾਂਗਾ ਸਭ ਤੋਂ ਘੱਟ ਫੀਸ ਹੋ ਜਾਏਗੀ ਯੂਨੀਵਰਸਿਟੀ ਕੈਟਾਗਰੀ 'ਚ, ਔਰ 4 ਸਾਲ 'ਚ $44,000 'ਚ ਤੁਸੀਂ ਬੈਚਲਰਸ ਕਰ ਸਕਦੇ ਹੋ, ਕਿਤੇ ਤੁਸੀਂ 2 ਸਾਲ ਦੇ ਡਿਪਲੋਮੇ ਲਈ ਵੀ $44,000 ਦੇ ਰਹੇ ਹੋ। ਸੋ ਮੈਮੋਰੀਅਲ ਯੂਨੀਵਰਸਿਟੀ ਬਹੁਤ ਅੱਛੀ ਆਪਸ਼ਨ ਬਣ ਜਾਂਦੀ ਹੈ ਨਿਊ ਫਾਊਂਡਲੈਂਡ 'ਚ। ਪ੍ਰਿੰਸ ਐਡਵਰਡ ਆਈਲੈਂਡ 'ਚ ਹਾਲੈਂਡ ਕਾਲਜ ਹੈਗਾ, ਔਰ ਨੋਵਾ ਸਕੋਸ਼ੀਆ ਵਿੱਚ ਕੇਪ ਬ੍ਰਿਟਨ ਯੂਨੀਵਰਸਿਟੀ ਔਰ ਸੇਂਟ ਫਰਾਂਸਿਸ ਯੂਨੀਵਰਸਿਟੀ 'ਚ ਤੁਸੀਂ ਸਟੂਡੈਂਟ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਜੀ। ਅੱਛਾ, ਸਕਿਲਡ ਜਿਹੜੇ ਪ੍ਰੋਗਰਾਮਸ ਹੁੰਦੇ ਨੇ ਇਹਨਾਂ ਦੇ ਵਿੱਚ ਵੀ ਆਪਸ਼ਨਸ ਹੈਗੀਆਂ ਨੇ? ਬਿਲਕੁਲ, ਸਟੂਡੈਂਟਸ ਜਿਹੜੇ ਵੀ ਜਾਣਾ ਚਾਹੁੰਦੇ ਨੇ ਇੰਜੀਨੀਅਰਿੰਗ 'ਚ ਕਰਨ ਜਾਣਾ ਚਾਹੁੰਦੇ ਨੇ, IT ਰਿਲੇਟਡ ਕਰਨ ਜਾਣਾ ਚਾਹੁੰਦੇ ਨੇ, ਬਿਜ਼ਨਸ ਰਿਲੇਟਡ ਕਰਨ ਜਾਣਾ ਚਾਹੁੰਦੇ ਨੇ, ਜਾਂ ਹੈਲਥ ਰਿਲੇਟਡ ਪ੍ਰੋਗਰਾਮਸ ਕਰਨ ਜਾਣਾ ਚਾਹੁੰਦੇ ਨੇ, ਸਾਰੇ ਪ੍ਰੋਗਰਾਮਸ ਅਵੇਲੇਬਲ ਹੈਗੇ ਆ। ਔਰ ਜਿਹੜੇ ਗ੍ਰੈਜੂਏਟ ਸਟੂਡੈਂਟ ਹੈ ਜੋ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਕਰਨ ਜਾਣਾ ਚਾਹੁੰਦੇ ਨੇ, ਉਹਦੇ ਵਿੱਚ ਵੀ ਪੋਸਟ ਗ੍ਰੈਜੂਏਟ ਆਪਸ਼ਨਸ ਅਵੇਲੇਬਲ ਹੈਗੀਆਂ ਜੀ। ਨਹੀਂ ਦੇਖੋ, ਇਹ ਤਾਂ ਜਿਹੜੇ ਆਪਸ਼ਨਸ ਹੋ ਗਈਆਂ ਨੇ ਕਿ ਚਲੋ ਠੀਕ ਹੈ ਜੀ, ਇੱਕ ਕੰਸਲਟੈਂਟ ਨੇ ਸਾਨੂੰ ਆਪਸ਼ਨ ਦੇਤੀ ਆ, ਲੋਟਸ ਆਫ ਤੁਹਾਨੂੰ ਵੈਰਾਈਟੀ ਮਿਲ ਰਹੀ ਹੈਗੀ ਹੈ, ਬਟ ਕੈਨੇਡਾ ਵਿੱਚ ਕਿਸ ਚੀਜ਼ ਦੀ ਡਿਮਾਂਡ ਹੈ ਕਿ ਹਾਂ ਮੈਂ ਉਹ ਪੜ੍ਹਾਈ ਕਰਾਂ? ਸੀ ਜੇ ਅਸੀਂ ਕੈਨੇਡਾ ਦੀ ਜਨਰਲ ਗੱਲ ਕਰੀਏ ਤਾਂ ਜੇ ਕੈਨੇਡਾ ਦੀ ਆਬਾਦੀ ਬਹੁਤ ਹੀ ਘੱਟ ਹੈਗੀ ਹੈ, ਕੈਨੇਡਾ ਦੀ ਆਬਾਦੀ ਸਿਰਫ 3.5 ਕਰੋੜ ਹੈਗੀ ਹੈ, ਔਰ ਐਸ ਸੱਚ ਜੇ ਇੰਡੀਆ ਦੀ ਆਬਾਦੀ ਗੱਲ ਕਰੀਏ ਤਾਂ 125 ਕਰੋੜ ਹੈਗੀ ਹੈ, ਔਰ ਓਵਰਆਲ ਜਿਹੜਾ ਏਰੀਆ ਹੈਗਾ ਕੈਨੇਡਾ ਦਾ ਉਹ 3 ਗੁਣਾ ਹੈਗਾ ਇੰਡੀਆ ਤੋਂ। ਤੁਸੀਂ ਸੋਚ ਸਕਦੇ ਹੋ ਕਿ ਹਰ ਫੀਲਡ 'ਚ ਡਿਮਾਂਡ ਹੈਗੀ ਹੈ, ਹਰ ਫੀਲਡ 'ਚ ਡਿਮਾਂਡ ਹੈ, ਕਿਉਂਕਿ ਕੈਨੇਡਾ ਇੱਕ ਬਹੁਤ ਹੀ ਵੱਡਾ ਕੰਟਰੀ ਹੈ। ਸੋ ਇੰਨੇ ਲੋਕ ਨਹੀਂ ਹੈਗੇ ਉੱਥੇ ਜਿਹੜੇ ਕਿ ਡਿਵੈਲਪ ਕਰਨ, ਬਹੁਤ ਇੱਦਾਂ ਦੇ ਏਰੀਆਜ਼ ਹੈਗੇ ਆ ਜਿਹੜੇ ਬਿਲਕੁਲ ਖਾਲੀ ਪਏ ਨੇ। ਸੋ ਇਹ ਉਹਨਾਂ ਏਰੀਆਜ਼ ਵਿੱਚ ਹੀ ਚਾਹੁੰਦੇ ਕਿ ਉਹ ਹੋਰ ਸਟੂਡੈਂਟ ਆਏ, ਉਹਨੂੰ PR ਵਿੱਚ ਵੀ ਹੈਲਪ ਮਿਲੇ, ਔਰ ਜੇ ਉੱਥੇ ਆਏਗਾ ਤਾਂ ਉਹ ਕੰਟਰੀ, ਉਹ ਸਿਟੀ, ਉਹ ਪ੍ਰੋਵਿੰਸ ਔਰ ਸਿਟੀ ਡਿਵੈਲਪ ਹੋਏਗੀ। ਸੋ ਕੈਨੇਡਾ 'ਚ ਹਲੇ ਬਹੁਤ ਜ਼ਿਆਦਾ ਸਕੋਪ ਹੈਗਾ ਜਿੱਥੇ ਤੁਸੀਂ ਸੈਟਲ ਹੋ ਸਕਦੇ ਹੋ, ਜਾ ਕੇ ਆਪਣਾ ਇੱਕ ਗੋਲਡਨ ਫਿਊਚਰ ਬਣਾ ਸਕਦੇ ਹੋ। ਜੇ ਅਸੀਂ ਗੱਲ ਕਰੀਏ ਤਾਂ ਟੈਕਨੀਕਲ ਲਾਈਨ ਦੇ ਫੀਲਡ ਦੀ ਬਹੁਤ ਜ਼ਿਆਦਾ ਡਿਮਾਂਡ ਹੈ, ਪਰ ਹਰ ਫੀਲਡ ਦਾ ਸਟੂਡੈਂਟ ਉੱਥੇ ਜਾ ਕੇ ਸੈਟਲ ਹੋ ਸਕਦਾ ਜੀ। ਸੋ ਕੈਨੇਡਾ ਸੀ ਇੱਕ ਇੱਦਾਂ ਦੀ ਕੰਟਰੀ ਜੋ ਤੁਹਾਨੂੰ, ਫਸਟ ਆਫ ਆਲ ਦੇਖੋ ਵੀਜ਼ਾ ਦੇਣ ਦੇ ਵਿੱਚ ਕਦੇ ਵੀ
ਇਗਨੋਰੈਂਸ ਜਿਹੜੀ ਹੈਗੀ ਆ ਉਹਨਾਂ ਦੀ ਨਜ਼ਰ ਨਹੀਂ ਆਉਂਦੀ। ਹਰ ਇੱਕ ਨੂੰ ਵੀਜ਼ਾ ਮਿਲਦਾ ਵੀ ਹੈਗਾ, ਬਸ਼ਰਤੇ ਵੀ ਹੁਣ ਕੰਸਲਟੈਂਟ ਸਹੀ ਅਸੀਂ ਚੁਣਿਆ ਜਾਂ ਨਹੀਂ ਚੁਣਿਆ। ਜਿੱਦਾਂ ਕਿ ਸਾਨੂੰ ਕਈ ਗੱਲਾਂ ਦੱਸੀਆਂ ਨੇ ਜਸਮੀਤ ਭਾਟੀਆ ਸਰ ਨੇ ਕਿ ਕਿਹੜੀਆਂ ਹੋ ਸਕਦੀਆਂ ਨੇ ਜਿੱਦਾਂ ਕਰਕੇ ਸਾਡਾ ਵੀਜ਼ਾ ਵੀ ਰਿਫਿਊਜ਼ ਹੁੰਦਾ, ਬਟ ਹਾਂ ਦੁਬਾਰਾ ਤੋਂ ਵੀ ਤਾਂ ਮੌਕਾ ਮਿਲ ਰਿਹਾ ਨਾ ਕੈਨੇਡਾ ਦੇ ਵਿੱਚ। ਇਸ ਨਾਟ ਕਿ ਇੱਕ ਵਾਰੀ ਅਪਲਾਈ ਕੀਤਾ ਵੀਜ਼ਾ ਰਿਜੈਕਟ ਹੋ ਗਿਆ ਤਾਂ ਤੁਸੀਂ ਦੁਬਾਰਾ ਅਪਲਾਈ ਨਹੀਂ ਕਰ ਸਕਦੇ, ਦੁਬਾਰਾ ਵੀ ਚਾਂਸਿਸ ਹੈਗੇ ਨੇ। ਸੀ ਰਿਫਿਊਜ਼ ਸਟੂਡੈਂਟਸ ਬਹੁਤ ਵਾਰੀ ਘਬਰਾ ਜਾਂਦੇ ਆ, ਉਹ ਆਪਣਾ ਦੂਜੀ ਵਾਰੀ ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਨਹੀਂ ਕਰਦੇ, ਉਹਨਾਂ ਨੂੰ ਇੱਕ ਸਹੀ ਗਾਈਡੈਂਸ ਦੀ ਜ਼ਰੂਰਤ ਹੈਗੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਰਿਫਿਊਜ਼ਲ ਐਕਸਪਰਟ ਹਾਂ, ਪਰ ਸਾਡੇ ਕੋਲ ਬਹੁਤ ਸਾਰੇ ਰਿਫਿਊਜ਼ ਸਟੂਡੈਂਟਸ ਦਾ ਵੀਜ਼ਾ ਲੱਗਾ। ਮੈਂ ਪਰਸੋਂ ਵੀ ਵੀਜ਼ਾ ਹੈਂਡਓਵਰ ਕਰ ਰਿਹਾ ਸੀ ਔਰ 25 ਵਿੱਚੋਂ 4 ਬੱਚੇ ਇੱਦਾਂ ਦੇ ਸੀ ਜਿਹੜੇ 4-4 ਵਾਰੀ ਰਿਫਿਊਜ਼ ਹੈਗੇ ਸੀ, ਸੋ ਉਹਨਾਂ ਦਾ ਵੀ ਸਟੂਡੈਂਟ ਵੀਜ਼ਾ ਲੱਗਾ। ਸੋ ਹੱਦ ਇਹ ਕੋਈ ਲਿਮਿਟ ਨਹੀਂ ਹੁੰਦੀ ਕਿ ਕਿੰਨੀ ਵਾਰੀ ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਲੱਗ ਸਕਦਾ। ਜੇ ਤੁਹਾਡੀ ਸਹੀ ਢੰਗ ਨਾਲ ਫਾਈਲ 4 ਵਾਰੀ ਵੀ ਨਹੀਂ ਲੱਗੀ ਤੁਹਾਨੂੰ 4 ਵਾਰੀ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਸਹੀ ਢੰਗ ਨਾਲ ਆਪਣੀ ਫਾਈਲ ਲਗਾਓ, ਸਹੀ ਕੋਰਸ ਵਿੱਚ ਆਪਣੀ ਫਾਈਲ ਲਗਾਓ, ਸਹੀ ਸਿਟੀ ਵਿੱਚ ਆਪਣੀ ਫਾਈਲ ਲਗਾਓ, ਸਹੀ ਕਾਲਜ 'ਚ ਆਪਣੀ ਫਾਈਲ ਲਗਾਓ ਜਿੱਥੇ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ। ਜੀ ਬਿਲਕੁਲ। ਸੋ ਸਰਵਿਸਿਸ ਕਿਹੜੀਆਂ ਕਿਹੜੀਆਂ ਦੇ ਰਹੇ ਹੈਗੇ ਨੇ ਜੀ? ਲੈਂਡਮਾਰਕ ਇਮੀਗ੍ਰੇਸ਼ਨ ਸੀ, ਲੈਂਡਮਾਰਕ ਇਮੀਗ੍ਰੇਸ਼ਨ ਜੇ ਅਸੀਂ ਗੱਲ ਕਰੀਏ ਤਾਂ ਆਫਰ ਲੈਟਰ ਤੋਂ ਲੈ ਕੇ ਪੋਸਟ ਲੈਂਡਿੰਗ ਸਰਵਿਸਿਸ ਤੱਕ ਪ੍ਰੋਵਾਈਡ ਕਰ ਰਿਹਾ ਲੈਂਡਮਾਰਕ ਇਮੀਗ੍ਰੇਸ਼ਨ ਦਾ। ਟੋਰੋਂਟੋ ਵਿੱਚ ਵੀ ਇੰਪਲੋਈਜ਼ ਹੈਗੇ ਹੈ ਜਿਹੜੀ, ਉੱਥੇ ਵੀ ਕੋਈ ਸਟੂਡੈਂਟ ਨੂੰ ਹੈਲਪ ਦੀ ਜ਼ਰੂਰਤ ਹੋਏਗੀ ਤਾਂ ਉਹਨਾਂ ਨੂੰ ਵੀ ਉਹ ਕੰਟੈਕਟ ਕਰ ਸਕਦੇ ਨੇ। ਸੋ ਸਾਰੀਆਂ ਸਰਵਿਸਿਸ ਦੇਣੇ ਆ, ਪ੍ਰੀ ਡਿਪਾਰਚਰ, ਪੋਸਟ ਡਿਪਾਰਚਰ, ਹਰ ਕਿਸਮ ਦੀ ਬੱਚੇ ਨੂੰ ਹੈਲਪ ਕੀਤੀ ਜਾ ਰਹੀ ਹੈ। ਔਰ ਜੇ ਸਟੂਡੈਂਟਸ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਟੀਮ ਉਹਦੇ ਨਾਲ ਹਮੇਸ਼ਾ ਹੀ ਖੜੀ ਆ ਜੀ। ਸੋ ਜਸਮੀਤ ਸਾਹਿਬ, ਹੁਣ ਕਮਿੰਗ ਇਨਟੇਕ ਵਿਦਿਆਰਥੀ ਜਿਹਦੇ ਵਿੱਚ ਆਪਣੀ ਤਿਆਰੀ ਕਰਨਗੇ, ਅਪਲਾਈ ਕਰਨਗੇ, ਕਿਹੜਾ ਰਹੇਗਾ? ਸੀ ਮੈਂ ਸਾਰਿਆਂ ਨੂੰ ਗਾਈਡ ਕਰਾਂਗਾ ਕਿ ਆਉਣ ਵਾਲੇ ਜਿਹੜੇ ਇਨਟੇਕਸ ਹੈਗੇ ਉਹ ਮਾਰਚ, ਅਪ੍ਰੈਲ ਔਰ ਮਈ ਹੈਗੇ ਆ। ਮਾਰਚ ਵਿੱਚ ਕਿਊਬੈਕ ਵਿੱਚ ਬਹੁਤ ਸਾਰੇ ਕਾਲਜਿਸ ਓਪਨ ਹੈਗੀਆਂ ਜਿਹ 'ਚ ਤੁਸੀਂ ਅਪਲਾਈ ਕਰ ਸਕਦੇ ਹੋ ਮਾਰਚ ਇਨਟੇਕ 'ਚ ਜੀ। ਔਰ ਕਿਊਬੈਕ ਵਿੱਚ ਹੋਰ ਵੀ ਬੜੀ ਅੱਛੀ ਆਪਸ਼ਨ ਹੋ ਜਾਂਦੀ ਹੈ ਕਿ ਜਿਹੜੇ ਸਟੂਡੈਂਟਸ ਫੁੱਲ ਟਾਈਮ ਫਰੈਂਚ ਕਲਾਸਿਸ ਪੜ੍ਹਦੇ ਆ ਤਾਂ ਉਹਨਾਂ ਨੂੰ ਸਰਕਾਰ $900 ਤੱਕ ਮਹੀਨਾ ਦੇ ਰਹੀ ਹੈ। ਜੇ ਤੁਸੀਂ ਫੁੱਲ ਟਾਈਮ ਫਰੈਂਚ ਕਲਾਸਿਸ ਲਾਉਂਦੇ ਹੋ ਦੈਟ ਮੀਨਸ 4 hours ਡੇਲੀ ਤਾਂ $900 ਤੱਕ ਤੁਹਾਨੂੰ ਗਵਰਨਮੈਂਟ ਦੇਵੇਗੀ, ਤੁਹਾਡੇ ਅਕਾਊਂਟ 'ਚ ਡਿਪੋਜ਼ਿਟ ਕਰਾਏਗੀ। ਇੱਕ ਬਹੁਤ ਅੱਛੀ ਓਪਰਚੁਨਿਟੀ ਹੈਗੀ ਹਰ ਸਟੂਡੈਂਟ ਲਈ ਜਿਹੜੇ ਕਿਊਬੈਕ ਜਾ ਕੇ ਪੜ੍ਹਨਾ ਚਾਹੁੰਦੇ ਨੇ। ਸੋ ਕਿਊਬੈਕ ਵਿੱਚ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹੈਗੀਆਂ। ਆਉਣ ਵਾਲਾ ਇਨਟੇਕ ਹੈਗਾ ਮਾਰਚ ਕਿਊਬੈਕ ਵਿੱਚ, ਅਪ੍ਰੈਲ ਵਿੱਚ ਵੈਨਕੂਵਰ ਵਿੱਚ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਦਾ ਇਨਟੇਕ ਹੈਗਾ, ਔਰ ਮਈ ਵਿੱਚ ਬਹੁਤ ਸਾਰੇ ਸਰਕਾਰੀ ਕਾਲਜ ਓਪਨ ਹੋ ਚੁੱਕੇ ਨੇ। ਡਿਲੇ ਨਾ ਕਰੋ ਤਾਂ ਕਿ ਤੁਹਾਡਾ ਮਈ ਇਨਟੇਕ ਵੀ ਮਿਸ ਹੋ ਜਾਏ। ਜਲਦੀ ਤੋਂ ਜਲਦੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ 'ਚ ਵਿਜ਼ਿਟ ਕਰੋ, ਸੈਮੀਨਾਰ ਦਾ ਹਿੱਸਾ ਬਣੋ। ਆਉਣ ਵਾਲੇ ਸੈਮੀਨਾਰਸ ਮੋਗਾ, ਲੁਧਿਆਣਾ, ਅੰਮ੍ਰਿਤਸਰ ਵਿੱਚ ਹੈਗੇ ਹੈ। ਸੈਮੀਨਾਰ 'ਚ ਮਿਲ ਕੇ ਸਾਡੀ ਐਕਸਪਰਟ ਟੀਮ ਨੂੰ ਐਕਸਪਰਟ ਗਾਈਡੈਂਸ ਲੈ ਸਕਦੇ ਹੋ। ਮੈਨੂੰ ਵੀ ਤੁਸੀਂ ਡਾਇਰੈਕਟਲੀ ਮਿਲ ਸਕਦੇ ਹੋ ਸੈਮੀਨਾਰ 'ਚ, ਕਿਉਂਕਿ ਮੈਂ ਵੀ ਸਾਰੇ ਸੈਮੀਨਾਰਸ ਦਾ ਹਿੱਸਾ ਬਣਾਂਗਾ ਜੀ। ਕੋਈ ਹੋਰ ਖਾਸ ਇਨਫੋਰਮੇਸ਼ਨ ਕੈਨੇਡਾ ਨੂੰ ਲੈ ਕੇ ਜਿਹੜੀ ਸਟੂਡੈਂਟਸ ਦੇ ਨਾਲ ਸ਼ੇਅਰ ਕਰਨੀ ਚਾਹੋ? ਮੈਂ ਇਹੀ ਕਹਿਣਾ ਚਾਹਾਂਗਾ ਕਿ AIPP ਪ੍ਰੋਗਰਾਮ ਹੈਗਾ ਜਿਹੜਾ ਅਸੀਂ ਅੱਜ ਡਿਸਕਸ ਕੀਤਾ, ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਡਿਸਕਸ ਕੀਤਾ, ਉਸ ਚੀਜ਼ ਦਾ ਸਟੂਡੈਂਟ ਫਾਇਦਾ ਉਠਾਉਣ, ਉਹਨਾਂ ਸਿਟੀਜ਼ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨ, ਵੀਜ਼ਾ ਸਕਸੈਸ ਰੇਟ ਹਾਈ ਰਹੇਗਾ, PR ਓਪਰਚੁਨਿਟੀਜ਼ ਹੋਣਗੀਆਂ, ਪਾਰਟ ਟਾਈਮ ਜੋਬ ਓਪਰਚੁਨਿਟੀਜ਼ ਜ਼ਿਆਦਾ ਹੋਣਗੀਆਂ, ਫੀਸ ਘੱਟ ਹੋਏਗੀ ਕਾਲਜ ਦੀ, ਔਰ ਇੱਕ ਇਨਵਾਇਰਮੈਂਟ ਲਿਵਿੰਗ ਕੋਸਟ ਬਹੁਤ ਘੱਟ ਹੋਏਗੀ। ਸੋ ਉਹਨਾਂ ਚੀਜ਼ ਦਾ ਸਾਨੂੰ ਫਾਇਦਾ ਉਠਾਉਣਾ ਚਾਹੀਦਾ। ਜਿਹੜੀਆਂ ਪੋਲਿਸੀਜ਼ ਕੈਨੇਡਾ ਗਵਰਨਮੈਂਟ ਲੈ ਕੇ ਆ ਰਿਹਾ ਉਹ ਤੁਹਾਡੇ ਫਾਇਦੇ ਲਈ ਹੀ ਲੈ ਕੇ ਆ ਰਿਹਾ। ਉਹ ਨਿੰਦਾ ਕਰਦਾ ਕਿ ਸਾਰੇ ਸਟੂਡੈਂਟ ਇੱਕੋ ਥਾਂ 'ਤੇ ਹੀ ਪਹੁੰਚੀ ਜਾਣ ਤਾਂ ਕਿ ਉੱਥੇ ਪ੍ਰੋਬਲਮ ਆਏ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਡਿਸਕਸ ਕੀਤਾ, ਤੁਸੀਂ ਇਹਨਾਂ ਚੀਜ਼ਾਂ ਬਾਰੇ ਔਨਲਾਈਨ ਵੀ ਸਰਚ ਕਰ ਸਕਦੇ ਹੋ ਪੋਲਿਸੀਜ਼ ਬਾਰੇ, ਕਿਉਂਕਿ ਸਾਰੀਆਂ ਪੋਲਿਸੀਜ਼ ਕੈਨੇਡਾ ਦੀ ਗਵਰਨਮੈਂਟ ਦੀ ਵੈਬਸਾਈਟ 'ਤੇ ਪਬਲਿਸ਼ਡ ਹੈਗੀਆਂ ਜੀ। ਬਿਲਕੁਲ, ਅਤੇ ਆਈ ਐਮ ਸ਼ੋਰ ਵੀ ਦੇਖੋ ਜਿੱਥੇ ਘੱਟ ਪਾਪੂਲੇਸ਼ਨ ਹੋਏਗੀ ਜਾਂ ਉੱਥੇ ਹੀ ਅਪਲਾਈ ਕਰੀਏ ਜਿੱਥੇ ਵੀਜ਼ਾ ਆਉਣ ਦੇ ਚਾਂਸਿਸ ਹੈਗੇ ਨੇ। ਇੱਕ ਵਾਰੀ ਕੈਨੇਡਾ ਦਾ ਵੀਜ਼ਾ ਹੀ ਮਿਲਣੇ ਦੇਰੀ ਤਾਂ ਉਸੇ ਗੱਲ ਦੀ ਹੈ, ਫਿਰ ਚਾਹੇ ਅਸੀਂ ਬਾਅਦ ਵਿੱਚ ਕੋਈ ਆਪਣਾ ਕਾਲਜ ਚੇਂਜ ਕਰ ਲਈਏ ਜਾਂ ਇੱਦਾਂ ਵੀ ਜਿਹੜੀ ਕਾਲਜ ਚੇਂਜ ਨਹੀਂ ਕਰਨਾ ਚਾਹੀਦਾ ਸਟੂਡੈਂਟਸ ਨੂੰ, ਕਿਉਂਕਿ ਕਾਲਜ ਰਿਪੋਰਟ ਕਰ ਦਿੰਦਾ ਇਮੀਗ੍ਰੇਸ਼ਨ ਵਿੱਚ ਕਿ ਤੁਸੀਂ ਕਾਲਜ ਚੇਂਜ ਕਰਦੇ ਹੋ ਔਰ ਤੁਹਾਡਾ ਸਟੇਟਸ ਇਲੀਗਲ ਹੋ ਜਾਂਦਾ। ਸੋ ਸਾਰੇ ਸਟੂਡੈਂਟਸ ਨੂੰ ਇਹੀ ਦੇਖਣਾ ਚਾਹੀਦਾ ਕਿ ਜਿਹੜੇ ਸ਼ਹਿਰ 'ਚ ਉਹ ਜਾਂਦੇ ਨੇ ਉੱਥੇ ਜਾ ਕੇ ਹੀ ਉਹ ਸੈਟਲ ਹੋਣ ਔਰ ਉੱਥੇ ਹੀ ਜਾ ਕੇ ਆਪਣੇ PR ਓਪਰਚੁਨਿਟੀਜ਼ ਬਾਰੇ ਦੇਖਣ, ਕਿਉਂਕਿ ਮੈਂ ਆਈ ਐਮ ਸ਼ੋਰ, ਕਿਉਂਕਿ ਮੇਰੇ ਫੈਮਿਲੀ ਦੇ ਮੇਰੇ ਕਲੋਜ਼ ਰਿਲੇਟਿਵਸ ਦੇ ਬਹੁਤ ਸਾਰੇ ਸਟੂਡੈਂਟਸ ਉੱਥੇ ਗਏ ਹੈਗੇ ਹੈ ਔਰ ਉਹ ਮੂਵ ਨਹੀਂ ਕੀਤੇ, ਉਹਨਾਂ ਨੂੰ ਉਸੇ ਸ਼ਹਿਰ 'ਚ PR ਮਿਲ ਗਈ ਔਰ ਨਾ ਹੀ ਉਹ ਕਿਸੇ ਹੋਰ ਸ਼ਹਿਰ ਮੂਵ ਕਰਨਾ ਚਾਹੁੰਦੇ, ਕਿਉਂਕਿ ਛੋਟੇ ਸ਼ਹਿਰ ਦਾ ਜਿਹੜੀ ਲਿਵਿੰਗ ਕੋਸਟ ਹੈਗੀ ਔਰ ਲਿਵਿੰਗ ਇਨਵਾਇਰਮੈਂਟ ਆ ਉਹ ਬਹੁਤ ਅੱਛਾ ਹੁੰਦਾ ਜੀ। ਬਹੁਤ ਬਹੁਤ ਸ਼ੁਕਰੀਆ ਜਸਮੀਤ ਸਰ, ਥੈਂਕ ਯੂ ਸੋ ਮਚ ਜੀ, ਧੰਨਵਾਦ ਤੁਹਾਡਾ। ਧੰਨਵਾਦ।
ਤੇ ਇਸੇ ਨਾਲ ਜੀ ਹੁਣ ਮੈਨੂੰ ਦਿਓ ਇਜਾਜ਼ਤ। ਲੈਂਡਮਾਰਕ ਇਮੀਗ੍ਰੇਸ਼ਨ ਦਾ ਫੇਸਬੁੱਕ ਪੇਜ ਲਾਈਕ ਜ਼ਰੂਰ ਕਰ ਸਕਦੇ ਹੋ, ਇਹਨਾਂ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਬਹੁਤ ਜਲਦ ਜੀ ਸੈਮੀਨਾਰਸ, ਉਹਨਾਂ ਦੀਆਂ ਡੇਟਸ ਅਨਾਊਂਸ ਕੀਤੀਆਂ ਜਾਣਗੀਆਂ। ਤੁਹਾਡੇ ਆਪਣੇ ਸ਼ਹਿਰ ਕਦੋਂ ਆ ਰਹੇ ਨੇ ਜੀ ਲੈਂਡਮਾਰਕ ਇਮੀਗ੍ਰੇਸ਼ਨ, ਉਹਦੇ ਵਾਸਤੇ ਹੀ ਤੁਹਾਨੂੰ ਦੱਸਿਆ ਗਿਆ ਜੀ, ਇਹਨਾਂ ਦਾ ਫੇਸਬੁੱਕ ਪੇਜ ਲਾਈਕ ਜ਼ਰੂਰ ਕਰ ਸਕਦੇ ਹੋ। ਅਤੇ ਹੁਣ ਮੁਲਾਕਾਤ ਕਰਦੇ ਹਾਂ ਜੀ ਉਹਨਾਂ ਸਾਰੇ ਵਿਦਿਆਰਥੀਆਂ ਦੇ ਨਾਲ ਜਿਨ੍ਹਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਕੋਲੋਂ ਆਪਣਾ ਸਟੱਡੀ ਵੀਜ਼ਾ ਦਾ ਪ੍ਰੋਸੈਸ ਸ਼ੁਰੂ ਕੀਤਾ। ਅੱਜ ਲੱਕਲੀ ਸਾਰਿਆਂ ਦੇ ਵੀਜ਼ੇ ਆਏ ਹੋਏ ਨੇ ਜੀ, ਕੀ ਕਹਿਣਾ ਆਪਣੀਆਂ ਪ੍ਰੋਫਾਈਲਸ ਦੇ ਬਾਰੇ, ਆਓ ਜਾਣਦੇ ਹਾਂ। ਧੰਨਵਾਦ। ਵੈਲਕਮ ਮਨਵੀ, ਕੰਗਰੈਚੁਲੇਸ਼ਨਸ। ਥੈਂਕ ਯੂ ਮੈਮ। ਓਕੇ, ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ, ਕਿੱਥੋਂ ਬਿਲੋਂਗ ਕਰਦੇ ਹੋ ਅਤੇ ਆਪਣੀ ਪ੍ਰੋਫਾਈਲ ਬਾਰੇ, ਨਾਲ ਹੀ ਨਾਲ ਇਹ ਵੀ ਦੱਸਿਓ ਕਿ ਲੈਂਡਮਾਰਕ ਦਾ ਰੈਫਰੈਂਸ ਤੁਹਾਨੂੰ ਕਿਹਦੇ ਥਰੂ ਮਿਲਿਆ। ਮੇਰਾ ਨਾਮ ਮਨਵੀਰ ਕੌਰ ਹੈ, ਮੈਂ ਆਪਣੀ ਬੀਟੈਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੋਂ ਕੀਤੀ ਹੈ। ਮੇਰਾ ਰੈਜ਼ੀਡੈਂਸ਼ ਪਟਿਆਲਾ ਸ਼ਹਿਰ ਦੇ ਵਿੱਚ ਹੈ ਅਤੇ ਮੈਨੂੰ ਇੱਥੇ ਰੈਫਰ ਕੀਤਾ ਸੀਗਾ ਮੇਰੀ ਫਰੈਂਡਸ ਨੇ, ਜੋ ਲਾਸਟ 6 ਮੰਥਸ ਪਹਿਲਾਂ ਹੀ ਮਤਲਬ ਉਹ ਗਈਆਂ ਨੇ ਕੈਨੇਡਾ ਦੇ ਵਿੱਚ, ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਲੈਂਡਮਾਰਕ ਬਹੁਤ ਵਧੀਆ ਆਪਾਂ ਨੂੰ ਗਾਈਡ ਕਰਦਾ ਹੈ, ਤਾਂ ਤੁਸੀਂ ਵੀ ਉੱਥੇ ਜਾ ਕੇ ਉਹਨਾਂ ਤੋਂ ਹੈਲਪ ਲਓ। ਅੱਛਾ, ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਲੈਂਡਮਾਰਕ ਦੇ ਨਾਲ? ਮੈਮ ਬਹੁਤ ਵਧੀਆ ਐਕਸਪੀਰੀਅੰਸ ਸੀਗਾ, ਹਰ ਇੱਕ ਸਟੈਪ ਦੇ ਉੱਪਰ ਮੈਨੂੰ ਪ੍ਰੋਪਰ ਗਾਈਡੈਂਸ ਮਿਲੀ ਹੈ ਅਤੇ ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ। ਓਕੇ, ਡਾਇਰੈਕਟ ਲੈਂਡਮਾਰਕ 'ਚ ਹੀ ਆਏ ਸੀ ਤੁਸੀਂ ਜਾਂ ਪਹਿਲੇ ਇਸ ਤੋਂ ਪਹਿਲਾਂ ਹੋਰ ਵੀ ਕਿਤੇ ਗਏ ਸੀ? ਨਹੀਂ ਮੈਮ, ਮੇਰਾ ਫਰੈਸ਼ ਸੀਗਾ, ਮਤਲਬ ਮੈਂ ਕਿਤੇ ਨਹੀਂ ਸੀ ਗਈ ਇਸ ਤੋਂ ਪਹਿਲਾਂ। ਨਾਈਸ। ਕਿੰਨੇ ਟਾਈਮ 'ਚ ਤੁਹਾਡਾ ਵੀਜ਼ਾ ਆ ਗਿਆ ਸੀ? ਮੈਮ ਵਿਦਇਨ ਮੇਰੀ 11 ਨੂੰ ਸੀਗੀ ਬਾਇਓਮੈਟ੍ਰਿਕ ਅਤੇ 26 ਨੂੰ ਮੇਰਾ ਵੀਜ਼ਾ ਆ ਗਿਆ ਸੀ। ਓਕੇ ਨਾਈਸ। ਤੁਹਾਡਾ ਮਤਲਬ ਕਿ ਓਵਰਆਲ ਸਕੋਰ ਕਿੱਦਾਂ ਦਾ ਰਿਹਾ? ਆਈਲੈਟਸ ਦਾ ਯਾ 6.5 ਬੈਂਡਸ। ਓਕੇ ਨਾਈਸ। ਤਾਂ ਤੁਸੀਂ ਮਤਲਬ ਕਿ ਸੈਟੀਸਫਾਈਡ ਹੋ ਪੂਰੀ ਤਰੀਕੇ ਤੋਂ? ਹਾਂਜੀ ਮੈਮ, ਮੈਂ ਬਹੁਤ ਸੈਟੀਸਫਾਈਡ ਹਾਂ। ਹਾਂ ਓਕੇ, ਮੈਸੇਜ ਕੀ ਕਨਵੇ ਕਰਨਾ ਚਾਹੋਗੇ ਤੁਸੀਂ? ਮੈਂ ਜੋ ਸਟੂਡੈਂਟਸ ਮੀਨਸ ਕਿ ਡਰਦੇ ਨੇ ਥੋੜ੍ਹਾ ਕਿ ਆਈਲੈਟਸ ਦੇ ਵਿੱਚ ਮੰਨ ਲਓ ਇੱਕ ਮੋਡਿਊਲ ਦੇ ਵਿੱਚ ਘੱਟ ਬੈਂਡਸ ਨੇ ਉਹਨਾਂ ਦੇ, ਤਾਂ ਉਹਨਾਂ ਨੂੰ ਮਤਲਬ ਲੈਂਡਮਾਰਕ ਦੇ ਵਿੱਚ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਚਾਹੀਦਾ ਅਤੇ ਆਪਣੇ ਜਿਹੜਾ ਫਿਊਚਰ ਹੈ ਉਹਦੇ ਲਈ ਪੂਰੀ ਕੰਸਰਨ ਦਿਖਾਉਣੀ ਚਾਹੀਦੀ ਆ ਕਿ ਇੱਕ ਵਾਰੀ ਮਤਲਬ ਇੱਥੋਂ ਹੈਲਪ ਜ਼ਰੂਰ ਲੈਣੀ ਚਾਹੀਦੀ ਹੈ। ਓਕੇ ਨਾਈਸ, ਤਾਂ ਕੰਗਰੈਚੁਲੇਸ਼ਨਸ ਤੁਹਾਡੇ ਵੀਜ਼ਾ ਲਈ। ਸੋ ਨੈਕਸਟ ਸਟੂਡੈਂਟ ਨੇ ਸਾਡੇ ਨਾਲ ਹਸਨਦੀਪ ਸਿੰਘ ਜੀ, ਵੈਲਕਮ ਹਸਨਦੀਪ ਅਤੇ ਕੰਗਰੈਚੁਲੇਸ਼ਨਸ। ਓਕੇ, ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ, ਆਪਣੀ ਪ੍ਰੋਫਾਈਲ ਬਾਰੇ ਦੱਸੋ ਅਤੇ ਲੈਂਡਮਾਰਕ ਦਾ ਕਿਹਦੇ ਥਰੂ ਰੈਫਰੈਂਸ ਮਿਲਿਆ ਸੀ ਤੁਹਾਨੂੰ? ਹਾਂਜੀ, ਮੇਰਾ ਨਾਮ ਹਸਨਦੀਪ ਸਿੰਘ ਹੈ ਅਤੇ ਮੈਂ ਲੈਂਡਮਾਰਕ ਇਮੀਗ੍ਰੇਸ਼ਨ ਵਿਜ਼ਿਟ ਕੀਤਾ ਮੇਰੇ ਫਰੈਂਡ ਦੇ ਥਰੂ, ਉਹਨਾਂ ਨੇ ਮੈਨੂੰ ਰੈਫਰੈਂਸ ਦਿੱਤੀ ਸੀ ਅਤੇ ਲੈਂਡਮਾਰਕ ਇਮੀਗ੍ਰੇਸ਼ਨ ਨੇ ਮੈਨੂੰ 6 ਸੀਟ ਓਵਰਆਲ ਐਂਡ ਸਕੋਰ ਦੇ ਉੱਪਰ ਮੈਨੂੰ ਵੀਜ਼ਾ ਪ੍ਰੋਵਾਈਡ ਕੀਤਾ ਅਤੇ ਮੈਂ ਬਹੁਤ ਬਹੁਤ ਧੰਨਵਾਦ ਹਾਂ ਲੈਂਡਮਾਰਕ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਮੈਨੂੰ ਵੀਜ਼ਾ ਪ੍ਰੋਵਾਈਡ ਕੀਤਾ। ਓਕੇ ਨਾਈਸ। ਓਕੇ, ਤਾਂ ਲੈਂਡਮਾਰਕ ਤੋਂ ਪਹਿਲਾਂ ਹੋਰ ਵੀ ਕਿਤੇ ਅਪਲਾਈ ਕਰਨ ਦੇ ਲਈ ਗਏ ਸੀ? ਨਹੀਂ ਨਹੀਂ ਮੈਮ, ਮੈਂ ਫਰੈਂਡ ਦੇ ਕਹਿਣ 'ਤੇ ਸਿੱਧੇ ਰੈਫਰੈਂਸ 'ਤੇ ਇੱਥੇ ਹੀ ਆਇਆ ਸੀਗਾ ਅਤੇ ਮੇਰੇ ਮੈਂ ਸਿੱਧਾ ਵਿਜ਼ਿਟ ਕਰਕੇ ਇੱਥੋਂ ਹੀ ਫਾਈਲ ਲਗਵਾਈ। ਕਿੰਨੇ ਟਾਈਮ 'ਚ ਤੁਹਾਡਾ ਵੀਜ਼ਾ ਆ ਗਿਆ ਸੀ? ਮੈਮ ਮੇਰਾ 12-13 ਡੇਜ਼ ਲੱਗੇ ਸੀ। ਓਕੇ ਨਾਈਸ। ਕਿਹੜੇ ਮਤਲਬ ਕਿ ਕੋਰਸ ਲਈ ਅਪਲਾਈ ਕੀਤਾ, ਕਿਹੜੇ ਕਾਲਜ 'ਚ? ਮੈਮ ਅਲਗੋਮਾ ਯੂਨੀਵਰਸਿਟੀ ਬ੍ਰੈਂਪਟਨ ਦੇ ਵਿੱਚ ਅਤੇ ਮੇਰਾ IT ਕੋਰਸ ਹੈ ਕੰਪਿਊਟਰ ਨਾਲ ਰਿਲੇਟਡ। ਓਕੇ ਨਾਈਸ। ਓਕੇ, ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ? ਮੈਂ ਇੱਦਾਂ ਹੀ ਮੈਸੇਜ ਕਰਨਾ ਚਾਹੁੰਦਾ ਵੀ ਆਪਣੇ ਫਰੈਂਡ ਸਰਕਲ ਨੂੰ ਵੀ ਜਿਨ੍ਹਾਂ ਨੇ ਵੀ ਆਪਣੀ ਫਾਈਲਿੰਗ ਕਰਵਾਉਣੀ ਹੈ ਤਾਂ ਉਹ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਵਿਜ਼ਿਟ ਕਰਨ ਅਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਕੇ ਇਹਨਾਂ ਦੇ ਕੰਸਲਟੈਂਟ ਨਾਲ ਅਤੇ ਆਪਣੀ ਫਾਈਲਿੰਗ ਲਈ ਅੱਗੇ ਪ੍ਰੋਵਾਈਡ। ਤੁਹਾਡੇ ਫਾਦਰ ਸਾਹਿਬ? ਹਾਂਜੀ ਹਾਂ। ਉਹਨਾਂ ਨੂੰ ਮਾਈਕ ਕਨਵੇ ਕਰ ਦਿਓ। ਸਤਿ ਸ਼੍ਰੀ ਅਕਾਲ ਸਰ। ਕਿੱਦਾਂ ਦਾ ਫੀਲ ਹੋ ਰਿਹਾ? ਬਹੁਤ ਹੀ ਵਧੀਆ ਫੀਲ ਹੋ ਰਿਹਾ ਜੀ ਅਤੇ ਧੰਨਵਾਦ ਕਰਦੇ ਹਾਂ ਅਸੀਂ ਲੈਂਡਮਾਰਕ ਦਾ। ਕਿਸੇ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ ਫੇਸ ਕਰਨੀ ਪਈ? ਕੋਈ ਪ੍ਰੋਬਲਮ ਨਹੀਂ। ਕੋਈ ਪ੍ਰੋਬਲਮ ਨਹੀਂ? ਨਹੀਂ ਕੋਈ ਪ੍ਰੋਬਲਮ। ਓਕੇ ਨਾਈਸ, ਮੈਸੇਜ ਕੀ ਕਨਵੇ ਕਰਨਾ ਚਾਹੋਗੇ? ਅਸੀਂ ਤਾਂ ਇਹੀ ਕਹਾਂਗੇ ਵੀ ਜਿੰਨੇ ਵੀ ਬੱਚੇ ਆਉਂਦੇ ਨੇ ਲੈਂਡਮਾਰਕਾਂ ਦੇ ਵਿੱਚ ਇੱਥੇ ਆ ਕੇ ਸਾਰੇ ਹੁਕਰਾਂ ਅਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੀ ਸਾਰੀ ਟੀਮ ਦੇ ਅਤੇ ਤੁਹਾਡੇ ਸਾਰੇ ਸਟਾਫ ਦੇ। ਓਕੇ ਨਾਈਸ। ਓਕੇ, ਥੈਂਕ ਯੂ ਸੋ ਮਚ ਐਂਡ ਮੈਨੀ ਕੰਗਰੈਚੁਲੇਸ਼ਨ। ਸੋ ਨੈਕਸਟ ਸਟੂਡੈਂਟ ਨੇ ਸਾਡੇ ਨਾਲ ਮਨਸਿਮਰਨ ਕੌਰ, ਵੈਲਕਮ ਮਨਸਿਮਰਨ। ਥੈਂਕ ਯੂ ਮੈਮ, ਕੰਗਰੈਚੁਲੇਸ਼ਨ। ਥੈਂਕ ਯੂ। ਓਕੇ, ਆਪਣੇ ਬਾਰੇ ਦੱਸੋ, ਆਪਣੀ ਪ੍ਰੋਫਾਈਲ ਬਾਰੇ ਥੋੜ੍ਹਾ ਜਿਹਾ ਅਤੇ ਲੈਂਡਮਾਰਕ ਦਾ ਕਿਹਦੇ ਥਰੂ ਰੈਫਰੈਂਸ ਮਿਲਿਆ ਤੁਹਾਨੂੰ? ਓਕੇ ਮੈਮ, ਮੈਂ +2 ਅਤੇ 10th ਦੋਨੇ CBSE ਤੋਂ ਕੀਤੀ ਸੀ ਅਤੇ 12th ਮੈਂ 75% ਸੀਗੇ ਮੇਰੇ ਅਤੇ 10th 'ਚ 9 CGPSE ਅਤੇ ਮੈਨੂੰ ਰੈਫਰੈਂਸ ਮੇਰੇ ਆਂਟ ਨੇ ਦਿੱਤਾ ਸੀ। ਉਹਨਾਂ ਮਤਲਬ ਇੱਥੋਂ ਕਿੰਨੇ ਜਣਿਆਂ ਨੇ ਕੀਤੀ ਸੀਗੀ ਫਾਈਲ ਅਤੇ 100% ਰਿਜ਼ਲਟ ਸੀਗਾ? ਹਾਂਜੀ ਉਹਨਾਂ ਨੇ, ਹਾਂਜੀ ਫਾਈਨਲ ਫੈਮਿਲੀ 'ਚੋਂ ਹੀ। ਅਤੇ ਮੈਮ ਮੈਂ ਬਰੋਕ ਯੂਨੀਵਰਸਿਟੀ ਜਾ ਰਹੀ ਹਾਂ ਹੁਣ। ਹਾਂਜੀ, ਅਤੇ ਸਕੋਲਰਸ਼ਿਪ ਵੀ ਲੱਗੀ ਸੀਗੀ ਮੈਨੂੰ। ਓਕੇ ਨਾਈਸ। ਹਾਂਜੀ। ਓਕੇ, ਤਾਂ ਤੁਸੀਂ ਮਤਲਬ ਕਿ ਲੈਂਡਮਾਰਕ ਦੀ ਸਰਵਿਸਿਜ਼ ਤੋਂ ਸੈਟੀਸਫਾਈਡ ਹੋ? ਹਾਂਜੀ ਮੈਮ। ਓਕੇ ਮੈਮ, ਚੰਡੀਗੜ੍ਹ ਸਟਾਫ ਬਹੁਤ ਵਧੀਆ ਹੈ। ਬਹੁਤ ਵਧੀਆ। ਹਾਂਜੀ। ਓਕੇ ਨਾਈਸ, ਇੱਕ ਵਾਰ ਆਉਣਾ ਚਾਹੀਦਾ ਸਾਰਿਆਂ ਨੂੰ। ਹਾਂਜੀ। ਓਕੇ, ਕਿਹਦੇ ਥਰੂ ਮਤਲਬ ਕਿ ਕਿਹਨਾਂ ਨੇ ਤੁਹਾਨੂੰ ਕੰਸਲਟ ਕੀਤਾ ਸੀ? ਆਂਟ ਨੇ? ਹਾਂਜੀ, ਆਂਟ ਨੇ। ਹਾਂਜੀ। ਓਕੇ, ਤਾਂ ਤੁਸੀਂ ਮੈਸੇਜ ਵੀ ਕਨਵੇ ਕਰਤਾ। ਓਕੇ, ਸਰਵਿਸਿਜ਼ ਤੋਂ ਵੀ ਸੈਟੀਸਫਾਈਡ ਹੋ। ਵੀਜ਼ਾ ਕਿੰਨੇ ਟਾਈਮ 'ਚ ਆ ਗਿਆ ਸੀ ਤੁਹਾਡਾ?
ਮੈਮ ਵਿਦ ਇਨ 7 ਡੇਜ਼ ਆ ਗਈ ਓ ਨਾਈਸ ਵਿਦ ਇਨ 7 ਡੇਜ਼ ਓਕੇ ਨਾਈਸ ਤਾਂ ਤੁਹਾਡਾ ਪਾਸਪੋਰਟ ਅਤੇ ਮੈਨੀ ਕੋਂਗਰੈਚੁਲੇਸ਼ਨਸ ਫੋਰ ਯੋਰ ਵੀਜ਼ਾ ਥੈਂਕ ਯੂ